ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਇਮੀਗ੍ਰੇਸ਼ਨ ਅਪਡੇਟਸ ਪ੍ਰੋਗਰਾਮ ਲੈ ਕੇ ਮੈਂ ਕਵਿਤਾ ਸਿੰਘ ਹਾਜ਼ਰ ਤੇ ਸਾਡੇ ਸਟੱਡੀ ਵੀਜ਼ਾ ਐਕਸਪਰਟ ਮਿਸਟਰ ਜਤਿੰਦਰ ਸਾਡੇ ਨਾਲ ਨੇ ਜੀ ਤੇ ਇਹਨਾਂ ਦੇ ਐਡਰੈਸ ਤੁਹਾਡੀ ਸਕਰੀਨ ਦੇ ਉੱਤੇ ਤੇ ਨਾਲ ਹੀ ਫੋਨ ਨੰਬਰ ਜਿਨ੍ਹਾਂ ਦਾ ਇਸਤੇਮਾਲ ਤੁਸੀਂ ਸਾਰੇ ਕਰ ਸਕਦੇ ਹੋ ਜੀ ਜਿਹੜੇ ਵੀ ਸਾਡੇ ਦਰਸ਼ਕ ਬਾਹਰਲੇ ਮੁਲਕਾਂ ਦੇ ਵਿੱਚ ਜਾਣਾ ਚਾਹੁੰਦੇ ਨੇ ਤੁਹਾਡਾ ਸੁਪਨਾ ਹੈ ਜੀ ਉਹਨੂੰ ਪੂਰਾ ਕਰਨ ਦੇ ਵਿੱਚ ਮਦਦ ਕਰਨਗੇ ਸਾਡੇ ਸਟੱਡੀ ਵੀਜ਼ਾ ਐਕਸਪਰਟ ਕੈਨੇਡਾ ਯੂਕੇ ਐਂਡ ਆਸਟ੍ਰੇਲੀਆ ਦੀ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਸਰ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਜਤਿੰਦਰ ਸਰ ਨਵਾਂ ਸਾਲ ਸ਼ੁਰੂ ਹੋ ਚੁੱਕਿਆ ਹੈਗਾ ਤੇ ਇਹ ਨਵਾਂ ਸਾਲ ਜਿਹੜਾ ਹੈਗਾ ਜੀ ਸਾਡੇ ਦਰਸ਼ਕਾਂ ਦੇ ਵਾਸਤੇ ਸਾਡੇ ਵਿਦਿਆਰਥੀਆਂ ਦੇ ਵਾਸਤੇ ਕੀ ਲੱਗਦਾ ਵੀ ਇਸ ਵਾਰੀ ਹੁਣ ਵੀਜ਼ਾ ਦਾ ਜਿਹੜਾ ਪਹਿਲਾਂ ਜਿੱਦਾਂ ਮਿਲਦੇ ਆਏ ਨੇ ਉਦਾਂ ਹੀ ਸੇਮ ਸਿਨੈਰੀਓ ਬਰਕਰਾਰ ਰਹੇਗਾ ਜਾਂ ਫਿਰ ਥੋੜ੍ਹੀਆਂ ਜਿਹੀਆਂ ਟਫ ਸਿਚੁਏਸ਼ਨ ਜਿਹੜੀਆਂ ਹੈਗੀਆਂ ਨੇ ਆ ਸਕਦੀਆਂ ਨੇ ਦਰਸ਼ਕਾਂ ਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਮੈਮ ਜਿੰਨੇ ਵੀ ਦਰਸ਼ਕ ਸਾਡਾ ਪ੍ਰੋਗਰਾਮ ਦੇਖ ਰਹੇ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਹੋ ਪਰਮਾਤਮਾ ਕਰੇ ਕਿ ਸਭ ਦਾ ਜਿਹੜਾ ਨਵਾਂ ਸਾਲ ਹੈ ਖੁਸ਼ੀਆਂ ਭਰਿਆ ਚੜ੍ਹੇ ਤਾਂ ਕਿ ਜਿਹੜੇ ਕਿ ਸਟੂਡੈਂਟ ਸਾਨੂੰ ਦੇਖ ਰਹੇ ਨੇ ਜਾਂ ਜਿਹਨਾਂ ਸਟੂਡੈਂਟ ਦੇ ਮਾਂ ਬਾਪ ਦੇਖ ਰਹੇ ਨੇ ਹਰੇਕ ਬੱਚੇ ਦਾ ਕਿਤੇ ਨਾ ਕਿਤੇ ਅੱਜ ਦੀ ਡੇਟ ਦੇ ਵਿੱਚ ਇੱਕ ਸੁਪਨਾ ਹੈ ਕਿ ਅਸੀਂ ਜੇਕਰ ਇੱਥੇ ਪਲੱਸ ਟੂ ਕਰ ਲਈਏ ਇੱਥੇ ਗ੍ਰੈਜੂਏਸ਼ਨ ਕਰ ਲਈਏ ਉਸ ਤੋਂ ਬਾਅਦ ਅਸੀਂ ਬਾਹਰ ਜਾ ਕੇ ਸੈੱਟ ਹੋਈਏ ਚਾਹੇ ਉਹ ਕੰਟਰੀ USA ਹੋਏ ਚਾਹੇ ਕੈਨੇਡਾ ਹੋਏ ਚਾਹੇ ਆਸਟ੍ਰੇਲੀਆ ਹੋਏ ਚਾਹੇ UK ਵਰਗੀ ਕੰਟਰੀ ਹੋਏ ਜੀ ਕਿਉਂਕਿ ਲਾਸਟ ਆਪਾਂ ਦੇਖ ਰਿਹਾ ਕਿ 6-7 ਮਹੀਨੇ ਤੋਂ UK ਦੀ ਬਹੁਤ ਵੱਡੇ ਇੱਕ ਤਰੀਕੇ ਦੀ ਪ੍ਰਮੋਸ਼ਨ ਚੱਲ ਰਹੀ ਹੈ ਬਹੁਤ ਵੱਡਾ ਇੱਕ ਦੌਰ ਆਇਆ ਸੀ UK ਦਾ ਕਾਫੀ ਬੱਚਿਆਂ ਨੂੰ ਵੀਜ਼ਾ ਮਿਲ ਰਹੇ ਸੀ ਕੁਛ ਕੁ ਬੱਚਿਆਂ ਨੂੰ ਡਿਸਪੁਆਇੰਟਮੈਂਟ ਵੀ ਹੋਈ ਜਿਨ੍ਹਾਂ ਦੇ ਆਫਰ ਲੈਟਰ ਵਗੈਰਾ ਜੈਨ ਇਨਟੇਕ ਲਈ ਕੈਂਸਲ ਹੋ ਗਏ ਕੁਛ ਤੇ ਪ੍ਰੀ ਕੈਸ ਜਾਂ ਕੈਸ ਇੰਟਰਵਿਊ ਕਰਕੇ ਕੈਂਸਲ ਹੋ ਗਏ ਉਸ ਤੋਂ ਬਾਅਦ ਵੀ ਬੱਚਿਆਂ ਦਾ ਜਿਹੜਾ ਇੱਕ ਜੋਸ਼ ਹੈ ਇੱਕ ਆਪਾਂ ਕਹਿ ਸਕਦੇ ਹਾਂ ਕਿ UK ਨੂੰ ਲੈ ਕੇ ਹਜੇ ਵੀ ਬੱਚਿਆਂ ਦੀ ਇੱਛਾ ਬਹੁਤ ਵਧੀਆ ਹੈ ਬਹੁਤ ਜ਼ਿਆਦਾ ਬੱਚੇ ਅਪਲਾਈ ਕਰ ਰਹੇ ਨੇ UK ਦੇ ਵਿੱਚ ਹਜੇ ਵੀ ਕਿਉਂਕਿ UK ਵੱਲੋਂ ਇੱਕ ਬੜਾ ਵਧੀਆ ਕਦਮ ਜਿਹੜਾ ਕਿ ਸਤੰਬਰ 'ਚ ਹੀ ਚੱਕਿਆ ਗਿਆ ਸੀ ਕਿ ਬੱਚਿਆਂ ਨੂੰ ਆਫਟਰ ਸਟੱਡੀ ਪੋਸਟ ਸਟੱਡੀ ਜਿਹੜਾ ਵਰਕ ਪਰਮਿਟ ਹੈ ਉਹ ਇਸ਼ੂ ਕਰਨ ਦੀ ਇੱਕ ਚੰਗੀ ਵਧੀਆ ਖਬਰ ਦਿੱਤੀ ਸੀ UK ਨੇ ਕਿ ਬੱਚਿਆਂ ਨੂੰ ਜਿਹੜਾ ਬੱਚਾ ਇੱਥੇ ਗ੍ਰੈਜੂਏਸ਼ਨ ਕਰੂਗਾ ਉਹਨੂੰ 2 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਮਿਲੂਗਾ ਯਾਨੀ ਕਿ ਬੱਚਾ ਪਹਿਲਾਂ ਇਹ ਸੀ ਕਿ ਬੱਚੇ UK ਪੜ੍ਹਨ ਜਾਂਦੇ ਸੀ ਉਹਨਾਂ ਜਿਹੜਾ ਵੀਕਲੀ ਕੰਮ ਸੀਗਾ ਉਹ 10 ਘੰਟੇ ਦਾ ਮਿਲਦਾ ਸੀਗਾ ਉਸ ਤੋਂ ਬਾਅਦ ਬੱਚਿਆਂ ਨੂੰ ਸਟੱਡੀ ਤੋਂ ਬਾਅਦ ਬੱਚਿਆਂ ਨੂੰ ਵਾਪਸ ਆਉਣਾ ਪੈਂਦਾ ਸੀ ਜਾਂ ਉੱਥੇ ਇਲੀਗਲ ਰਹਿਣਾ ਸਟਾਰਟ ਕਰ ਦਿੰਦੇ ਸੀ ਬੱਚੇ ਕਿਉਂਕਿ ਉੱਥੇ ਵਰਕ ਪਰਮਿਟ ਨਹੀਂ ਸੀ ਸੋ ਹੁਣ ਜਿਹੜਾ ਗੌਰਮੈਂਟ ਨੇ ਕਦਮ ਚੱਕਿਆ ਸਤੰਬਰ 'ਚ ਇੱਕ ਚੰਗੀ ਆਪਸ਼ਨ ਦਿੱਤੀ ਉਸ ਤੋਂ ਬਾਅਦ ਕਾਫੀ ਜ਼ਿਆਦਾ ਐਪਲੀਕੇਸ਼ਨ 'ਚ ਵਾਧਾ ਹੋਇਆ ਸਤੰਬਰ 'ਚ ਮੈਨੂੰ ਲੱਗਦਾ ਕਿ ਵੀਜ਼ੇ ਵੀ ਬਹੁਤ ਜ਼ਿਆਦਾ ਲੱਗੇ ਜਨਵਰੀ 'ਚ ਵੀ ਵੀਜ਼ਾ ਜਿਹੜਾ ਸਕਸੈਸ ਰੇਟ ਰਿਹਾ ਐਜੂਕੇਸ਼ਨ ਅਬਰੋਡ ਕੰਸਲਟੈਂਟ ਦਾ ਜਿਹੜਾ ਸਕਸੈਸ ਰੇਟ ਸੀ ਜਨਵਰੀ ਇਨਟੇਕ ਦਾ ਵੀ 100% ਰਿਹਾ ਕਿਸੇ ਵੀ ਬੱਚੇ ਦਾ ਕੋਈ ਵੀ ਕੇਸ ਰਿਫਿਊਜ਼ ਨਹੀਂ ਹੋਇਆ ਹਰੇਕ ਬੱਚੇ ਦਾ ਵੀਜ਼ਾ ਜਿਹਦੀ ਵੀ ਫਾਈਲ ਅੰਬੈਸੀ 'ਚ ਗਈ ਹੈ ਵਿਦਆਊਟ ਇੰਟਰਵਿਊ ਬੱਚਿਆਂ ਦੇ ਆਏ ਨੇ ਇਹ ਵਿਦਆਊਟ ਆਇਲਸ ਬੱਚਿਆਂ ਦੇ ਵੀਜ਼ੇ ਆਏ ਨੇ ਗੈਪ ਨਾਲ ਵੀ ਵੀਜ਼ੇ ਆਏ ਨੇ ਪਰ ਕਿਤੇ ਨਾ ਕਿਤੇ ਤਰਜੀਹ ਇੱਕ ਚੀਜ਼ ਨੂੰ ਦਿੱਤੀ ਜ਼ਰੂਰ ਜਾਂਦੀ ਸੀ ਕਿ ਬੱਚੇ ਇੰਟਰਵਿਊ ਲਈ ਪ੍ਰਿਪੇਅਰ ਹੋਣ ਬੱਚੇ ਨੂੰ ਇੰਗਲਿਸ਼ ਬੋਲਣੀ ਲਿਖਣੀ ਪੜ੍ਹਨੀ ਸਮਝਣੀ ਆਉਂਦੀ ਹੋਈ ਕਿਉਂਕਿ UK ਨੇ ਵਿਦਆਊਟ ਆਇਲਸ ਓਪਨ ਕੀਤਾ ਸੀ ਨਾ ਕਿ ਵਿਦਆਊਟ ਇੰਗਲਿਸ਼ ਜੀ ਬਿਲਕੁਲ ਕਿਤੇ ਨਾ ਕਿਤੇ ਜਿਹੜਾ ਮਾੜਾ ਦੌਰ ਵੀ ਲੋਕਾਂ ਨੇ ਦੇਖਿਆ ਜਿਹਨਾਂ ਦੇ ਇੰਟਰਵਿਊਜ਼ ਕਰਕੇ ਵੀਜ਼ਾ ਜਿਹੜੇ ਯੂਨੀਵਰਸਿਟੀ ਤੋਂ ਕੈਸ ਕੈਂਸਲ ਹੋ ਗਏ ਸੀ ਯੂਨੀਵਰਸਿਟੀ ਨੇ ਆਫਰ ਲੈਟਰ ਕੈਂਸਲ ਕਰਤੀਆਂ ਫੀਸ ਆਪਣੇ ਆਪ ਯੂਨੀਵਰਸਿਟੀ ਨੇ ਰੀਫੰਡ ਦਾ ਭੇਜਤਾ ਕਿ ਸਾਡੇ ਕੋਲ ਸੀਟਾਂ ਫੁੱਲ ਹੋ ਗਈਆਂ ਉਹ ਕਿਤੇ ਨਾ ਕਿਤੇ ਤਾਂ ਕਰਕੇ ਹੋਇਆ ਕਿਉਂਕਿ ਬੱਚਿਆਂ ਨੂੰ ਇੱਕ ਪ੍ਰਿਪੇਅਰ ਇਸ ਚੀਜ਼ ਲਈ ਕੀਤਾ ਗਿਆ ਸੀ ਕਿ ਤੁਹਾਡਾ ਵਿਦਆਊਟ ਇੰਗਲਿਸ਼ ਵੀਜ਼ਾ ਲੱਗਣਾ ਸੋ ਵੀਜ਼ਾ ਵਿਦਆਊਟ ਆਇਲਸ ਬੇਸ਼ੱਕ ਹੈ ਪਰ ਵਿਦਆਊਟ ਇੰਗਲਿਸ਼ ਨਹੀਂ ਹੈ ਤੁਸੀਂ ਹੁਣ ਵੀ ਜੇ UK ਅਪਲਾਈ ਕਰਨਾ ਚਾਹੁੰਦੇ ਹੋ ਕਮਿੰਗ ਤੁਹਾਡੇ ਕੋਲ ਮਾਰਚ ਇਨਟੇਕ ਹੈ ਅਪ੍ਰੈਲ ਇਨਟੇਕ ਹੈ ਮਈ ਇਨਟੇਕ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਚੰਗੀਆਂ ਯੂਨੀਵਰਸਿਟੀ ਦੇ ਵਿੱਚ ਮੈਕਸੀਮਮ ਜਿਹੜੀ ਯੂਨੀਵਰਸਿਟੀਜ਼ ਨੇ ਇਨਰ ਲੰਡਨ ਦੇ ਵਿੱਚ ਨੇ ਔਰ ਚੰਗੀ ਹੈ ਕਿ ਯੂਨੀਵਰਸਿਟੀ ਨੇ ਇਹ ਨਹੀਂ ਕਿਉਂਕਿ ਲੈਵਲ B ਦੀ ਯੂਨੀਵਰਸਿਟੀ ਲੈਵਲ C ਦੀ ਯੂਨੀਵਰਸਿਟੀ ਹੈ A ਗ੍ਰੇਡਡ ਗੋਲਡ ਰੇਟਡ ਯੂਨੀਵਰਸਿਟੀ ਹੈਗੀਆਂ ਤੁਹਾਡੇ ਕੋਲ ਮਾਰਚ ਇਨਟੇਕ ਦੇ ਲਈ ਜੇਕਰ ਤੁਸੀਂ UK ਪੜ੍ਹਨਾ ਚਾਹੁੰਦੇ ਹੋ ਉਸ ਤੋਂ ਇਲਾਵਾ ਅੱਜ ਆਪਾਂ ਗੱਲ ਕਰਾਂਗੇ ਕੈਨੇਡਾ ਦੇ ਵਿੱਚ ਚੰਗੀ ਆਪਸ਼ਨ ਜਿਹੜੀ ਬੱਚਿਆਂ ਲਈ ਲੈ ਕੇ ਆਇਆ ਲਾਸਟ ਮੈਨੂੰ ਲੱਗਦਾ ਕਿ 2-3 ਵੀਕ ਤੋਂ ਅਸੀਂ ਡਿਸਕਸ ਕਰ ਰਹੇ ਕਿ ਫੀਸ ਆਫਟਰ ਵੀਜ਼ਾ ਦੀ ਆਪਸ਼ਨ ਲੈ ਕੇ ਆਇਆ ਕੈਨੇਡਾ ਪੜ੍ਹਨ ਲਈ ਬੱਚਿਆਂ ਲਈ ਔਰ ਇਸ ਤੋਂ ਇਲਾਵਾ ਆਸਟ੍ਰੇਲੀਆ ਬਾਰੇ ਵੀ ਜ਼ਰੂਰ ਗੱਲ ਕਰਾਂਗੇ ਜੀ ਕੈਨੇਡਾ ਆਫਟਰ ਵੀਜ਼ਾ ਫੀਸ ਬੱਚੇ ਪੇ ਕਰ ਸਕਦੇ ਨੇ ਜੀ ਐਜੂਕੇਸ਼ਨ ਐਬਰਾਡ ਕੰਸਲਟੈਂਟ ਸੋ ਮਿਸਟਰ ਜਤਿੰਦਰ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ਤੇ ਨੰਬਰ ਤੁਹਾਡੀ ਸਕਰੀਨ ਦੇ ਉੱਤੇ UK ਵਿਦ ਆਇਲਸ ਐਂਡ ਵਿਦਆਊਟ ਆਇਲਸ ਦੋਨੋਂ ਜਿੱਥੇ ਤੁਹਾਨੂੰ ਮੌਕਾ ਮਿਲ ਰਿਹਾ ਉੱਥੇ ਹੀ ਕੈਨੇਡਾ ਇਸ ਵਾਰੀ ਹੁਣ 5.5 ਬੈਂਡ 1 ਮੈਡਿਊਲ ਜਾਂ 2 ਮੈਡਿਊਲ ਦੇ ਵਿੱਚ ਜਿੰਨਾ ਵੀ ਵਿਦਿਆਰਥੀਆਂ ਦੇ ਰਹਿ ਜਾਣਗੇ ਜਾਂ ਹੈਗੇ ਨੇ ਜਾਂ ਇਸ ਵਾਰੀ ਜਿਹਨਾਂ ਨੂੰ ਰਿਜੈਕਸ਼ਨ ਵੀ ਇਸ ਵਾਰੀ ਬੜੀ ਜਿੱਦਾਂ ਲਾਸਟ ਦੇ ਵਿੱਚ ਆ ਕੇ ਦੇਖਿਆ ਬਹੁਤ ਰਿਜੈਕਸ਼ਨ ਉਹਦਾ ਕਾਰਨ ਕੀ ਰਿਹਾ ਜਤਿੰਦਰ ਉਹਦਾ ਕਾਰਨ ਮੈਮ ਕਿਤੇ ਨਾ ਕਿਤੇ ਇੱਕ ਤਾਂ ਲੇਟ ਫਾਇਦਾ ਲੱਗਣਾ ਕਿਉਂਕਿ ਜਨਵਰੀ ਜੇਕਰ ਤੁਸੀਂ ਜਨਵਰੀ 'ਚ ਐਡਮਿਸ਼ਨ ਲਿਆ ਜਨਵਰੀ ਤੁਸੀਂ ਕਲਾਸਾਂ ਲਾਉਣਾ ਚਾਹੁੰਦੇ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ 1 ਦਸੰਬਰ ਤੋਂ ਪਹਿਲਾਂ ਫਾਈਲ ਥੋੜੀ ਲੱਗ ਜਾਣੀ ਚਾਹੀਦੀ ਹੈ ਤਾਂ ਕਿ ਅੰਬੈਸੀ ਕੋਲ ਵੀ ਰਸ਼ ਹੁੰਦਾ ਕਿਉਂਕਿ ਇਹ ਤਾਂ ਨਹੀਂ ਕਿ ਅੰਬੈਸੀ ਫ੍ਰੀ ਹੈ ਕਿਤੇ ਟੂਰਿਸਟ ਵੀਜ਼ੇ ਦੇ ਫਾਈਲਸ ਨੇ ਕਿਤੇ ਵਿਜ਼ਟਰ ਦੀਆਂ ਫਾਈਲਸ ਨੇ ਕਿਤੇ PR ਦੀਆਂ ਫਾਈਲਸ ਨੇ ਨਾਲ ਦੀ ਨਾਲ ਬੱਚਿਆਂ ਦੀਆਂ ਫਾਈਲਸ ਨੇ ਉਹਨਾਂ ਕੋਲ ਵੀ ਕਾਫੀ ਰਸ਼ ਹੁੰਦਾ ਹੈ ਘੱਟੋ ਘੱਟ ਇੱਕ ਐਪਲੀਕੇਸ਼ਨ ਨੂੰ ਚੈੱਕ ਕਰਨ ਦੇ ਲਈ ਅੰਬੈਸੀ ਨੂੰ ਵੀ 2-4 ਦਿਨ ਜਾਂ 10 ਦਿਨ 15 ਦਿਨ ਦਾ ਸਮਾਂ ਚਾਹੀਦਾ ਹੈ ਬੱਚੇ ਕੀ ਕਰਦੇ ਨੇ ਕਿ ਇੱਕ ਐਂਡ ਮੂਮੈਂਟ 'ਤੇ ਆ ਕੇ 2 ਤਰੀਕ ਨੂੰ 3 ਤਰੀਕ ਨੂੰ 10 ਦਸੰਬਰ ਤੱਕ ਵੀ ਲੋਕਾਂ ਨੇ 20 ਦਸੰਬਰ ਤੱਕ ਵੀ ਫਾਈਲਾਂ ਲੱਗੀਆਂ ਰੀਸੈਂਟ ਮੈਂ ਪਿਛਲੇ ਸ਼ੋਅ 'ਤੇ ਵੀ ਡਿਸਕਸ ਕਰਕੇ ਗਿਆ ਸੀ
ਏਜੰਟ ਨੇ ਉਸ ਤੋਂ 6 ਮੰਥ ਦੀ ਫੀਸ ਭਰਵਾਤੀ, ਪੈਂਡਿੰਗ 6 ਮੰਥ ਦਾ ਪਲਾਨ ਇਸ਼ੂ ਕੀਤਾ ਕਿ ਸਾਡੀ ਫੀਸ ਕਿੱਥੇ ਹੈ, ਕੀ ਅਸੀਂ ਕਿਸ ਸਿਸਟਮ ਨਾਲ ਅਸੀਂ ਅੱਗੇ ਫੀਸ ਪੇ ਕਰਾਂਗੇ, ਸਾਡੇ ਕੋਲ ਫੰਡ ਹੈਗੇ ਕਿ ਨਹੀਂ ਹੈਗੇ। ਜਸਟ ਬੱਚੇ GIC ਕਰਵਾਏ, 6 ਮੰਥ ਦੀ ਫੀਸ ਪੇ ਕਰਵਾਤੀ, ਉਹ ਚੰਗਾ ਭਲਾ ਕੇਸ, ਜਿਹੜਾ ਕਿ ਮੈਂ ਕਹਿ ਸਕਦਾ 110% ਸਕਸੈਸ ਰੇਟ ਸੀ ਉਹਦਾ, ਵੀਜ਼ਾ ਆਉਣਾ ਹੀ ਆਉਣਾ ਸੀ ਬੱਚੇ ਦਾ, ਉਹ ਬੱਚੇ ਦਾ ਕੇਸ ਰਿਫਿਊਜ਼ ਕਰਵਾਤਾ। ਹੁਣ ਉਹ ਕੇਸ ਸਾਡੇ ਕੋਲ ਹੈ, ਅਸੀਂ ਉਹਨੂੰ ਪ੍ਰੋਸੈਸ ਕਰ ਰਹੇ ਹਾਂ ਬੱਚੇ ਨੂੰ ਮਈ ਇਨਟੇਕ ਦੇ ਲਈ। ਪਰ ਕਿਤੇ ਨਾ ਕਿਤੇ ਬੱਚਿਆਂ ਨੂੰ ਇਹ ਸ਼ੋਰ ਹੋਣਾ ਪਊਗਾ, ਜੇ ਤੁਹਾਡੇ 6 ਬੈਂਡ ਈਚ ਮੋਡਿਊਲ ਹੈਗੇ ਆ, ਓਵਰਆਲ ਪਰਸੈਂਟੇਜ ਤੁਹਾਡੀ ਪਲੱਸ ਟੂ ਦੇ ਵਿੱਚ ਜਾਂ ਗ੍ਰੈਜੂਏਸ਼ਨ ਦੇ 60% ਹੈਗੀ ਹੈ, 2018 ਜਾਂ 2019 ਤੁਸੀਂ ਪਾਸ ਆਊਟ ਹੋ, ਗੈਪ ਤੁਹਾਡਾ ਜ਼ਿਆਦਾ ਨਾ ਹੋਏ, ਤੁਸੀਂ ਅੰਡਰ SDS ਈਜ਼ਲੀ ਫਾਲ ਕਰ ਦਿਓ। SDS ਦੇ ਵਿੱਚ ਤੁਹਾਨੂੰ 1 ਸਾਲ ਦੀ ਕਾਲਜ ਦੀ ਜਾਂ ਯੂਨੀਵਰਸਿਟੀ ਦੀ ਫੀਸ ਭਰਨੀ ਪੈਣੀ ਹੈ, ਦੂਜੇ ਪਾਸੇ ਤੁਹਾਨੂੰ ਨਾਲ ਦੀ ਨਾਲ GIC ਵੀ ਕਰਾਉਣਾ ਪੈਣਾ। ਇਸ ਤੋਂ ਇਲਾਵਾ ਤੁਹਾਡਾ ਕੋਈ ਡਾਕੂਮੈਂਟ ਨਹੀਂ ਜਾਣਾ, ਤੁਸੀਂ ਕੋਈ ਵੀ ਐਕਸਟਰਾ ਡਾਕੂਮੈਂਟ ਨਹੀਂ ਪੇ ਕਰਨਾ, ਕੋਈ ਤੁਸੀਂ ਫੰਡ ਨਹੀਂ ਸ਼ੋਅ ਕਰਨੇ, ਕੋਈ ਤੁਸੀਂ ਲੋਨ ਨਹੀਂ ਲੈਣਾ, ਕੁਛ ਨਹੀਂ ਕਰਨਾ ਬੱਚੇ ਨੇ, ਜਸਟ GIC ਔਰ ਬੱਚੇ ਦੀ ਸਾਲ ਦੀ ਫੀਸ। ਇਨ ਕੇਸ ਤੁਹਾਡਾ ਕੇਸ ਦੇ ਵਿੱਚ 6 ਬੈਂਡ ਈਚ ਹੈਗੇ ਨੇ ਪਰ ਤੁਸੀਂ 6 ਮੰਥ ਦੀ ਫੀਸ ਪੇ ਕਰ ਰਹੇ ਹੋ, ਨਾਲ ਫੰਡ ਸ਼ੋਅ ਕਰ ਰਿਹਾ, ਤੁਹਾਡਾ ਜਿਹੜਾ ਕੇਸ ਹੈ ਉਹ ਆਟੋਮੈਟਿਕ ਹੀ ਨੋਨ SDS ਦਾ ਕੇਸ ਗਿਣਿਆ ਜਾਊਗਾ, ਉਹਨੂੰ SDS ਦੇ ਅੰਡਰ ਫਾਲ ਨਹੀਂ ਹੋਊਗਾ। ਜੇ ਤੁਸੀਂ ਫੀਸ ਵੀ ਅੱਧੀ ਪੇ ਕਰਦੇ ਹੋ, ਫੀਸ ਅੱਧੀ ਪੇ ਕਰਦੇ ਹੋ, SDS ਦੇ ਰੂਲ ਦੇ ਵਿੱਚ ਇਹ ਕਿ ਤੁਹਾਨੂੰ ਸਾਲ ਦੀ ਫੀਸ ਪੇ ਕਰਨੀ ਪੈਣੀ ਹੈ, ਔਰ ਨੋਨ SDS ਚ ਬੇਸ਼ੱਕ ਤੁਸੀਂ ਸਾਲ ਛੱਡੋ, 3 ਮਹੀਨੇ ਦੀ ਫੀਸ ਵੀ ਪੇ ਕਰ ਸਕਦੇ ਹੋ, ਔਰ ਫੀਸ ਆਫਟਰ ਵੀਜ਼ਾ ਵੀ ਪੇ ਕਰ ਸਕਦੇ ਹੋ, ਪਰ ਬਸ਼ਰਤੇ ਤੁਹਾਡੇ ਕੋਲ ਪ੍ਰੋਪਰ ਐਵੀਡੈਂਸ ਹੋਣ, ਕਾਲਜ ਵੱਲੋਂ ਲੈਟਰ ਹੋਏ, LOA ਐਕਸੈਪਟੈਂਸ ਲੈਟਰ ਤੁਹਾਡੇ ਕੋਲ ਹੈਗੀ ਹੈ, ਤਾਂ ਤੁਸੀਂ ਜਿਹੜੀ ਆਫਟਰ ਵੀਜ਼ਾ ਦੀ ਆਪਸ਼ਨ ਚੁਣ ਸਕਦੇ ਹੋ। ਜਿਵੇਂ ਅਸੀਂ ਅੱਜ ਸਟਾਰਟਿੰਗ ਚ ਗੱਲ ਕੀਤੀ ਹੈ ਕਿ ਬੱਚਿਆਂ ਦੀ ਰਿਜੈਕਸ਼ਨ ਬਹੁਤ ਜ਼ਿਆਦਾ ਹੁੰਦੀ ਹੈ, ਇੱਕ ਤਾਂ ਰਿਜੈਕਸ਼ਨ ਉਹਨਾਂ ਬੱਚਿਆਂ ਦੀ ਜਿਨ੍ਹਾਂ ਦੇ ਵਿੱਚ ਕੇਸਾਂ 'ਚ ਕਮੀ ਰਹਿ ਜਾਂਦੀ ਹੈ ਲਾਉਣ 'ਚ, ਠੀਕ ਹੈ। ਦੂਜੀ ਰਿਜੈਕਸ਼ਨ ਸਭ ਤੋਂ ਵੱਧ ਉੱਥੇ ਦੇਖਣ ਨੂੰ ਮਿਲਦੀ ਹੈ ਕਿ 3 'ਚ 6 ਨੇ, 2 ਤੁਹਾਡੇ ਓਵਰਆਲ ਤੁਹਾਨੂੰ 6 ਬੈਂਡ ਕਹਿਤਾ ਜਾਂਦਾ, 2 ਮੋਡਿਊਲ 'ਚੋਂ 5.5 ਬੈਂਡ ਨੇ, 2 'ਚੋਂ 6 ਨੇ ਜਾਂ 2 'ਚੋਂ 7 ਨੇ, ਉਹਨਾਂ ਬੱਚਿਆਂ ਦੀ ਵੀ ਕਿਤੇ ਨਾ ਕਿਤੇ ਮੈਂ ਕਹਿੰਦਾ ਕਿ 80-90% ਰਿਜੈਕਸ਼ਨ ਹੁੰਦੀ ਹੈ 2 ਮੋਡਿਊਲ 'ਚੋਂ ਜਿਹਦੇ 5.5 ਬੈਂਡ ਨੇ, ਉਹ ਕਿਰਪਾ ਕਰਕੇ ਆਪਣੀ ਜਿਹੜੀ ਆਇਲਸ ਨੂੰ ਰਿਵਾਈਜ਼ ਕਰਿਆ ਕਰੋ, ਉਹਦੇ ਉੱਤੇ ਕੇਸ ਨਾ ਲਗਾਇਆ ਕਰੋ, ਕਿਉਂਕਿ 2-5 ਦੇ ਉੱਤੇ 90-80% ਰਿਜੈਕਸ਼ਨ ਤੁਹਾਡੀ ਆਉਣੀ ਹੈ। ਤੇ ਜਿਨ੍ਹਾਂ ਦਾ 1 ਵਿੱਚੋਂ 5.5 ਰਹਿ ਜਾਂਦੇ ਨੇ, ਬਿਲਕੁਲ ਮੈਮ, ਜਿਹੜੇ ਬੱਚੇ ਦੇ 1 ਮੋਡਿਊਲ 'ਚੋਂ 5.5 ਬੈਂਡ ਨੇ ਉਹਨਾਂ ਦਾ ਜਿਹੜਾ ਵੀਜ਼ਾ ਸਕਸੈਸ ਰੇਟ ਆ ਆਲਮੋਸਟ SDS ਜਿੰਨਾ, ਪਰ ਫਰਕ ਪੈਂਦਾ ਤੁਸੀਂ ਕਿਹੜੇ ਕਾਲਜ 'ਚ ਅਪਲਾਈ ਕਰ ਰਹੇ ਹੋ, ਕਿਹੜੀ ਸਿਟੀ ਅਪਲਾਈ ਕਰ ਰਹੇ ਹੋ। ਆਪਾਂ ਮੈਕਸੀਮਮ ਜੇ ਆਪਾਂ ਨੋਟਿਸ ਕੀਤਾ ਹੋਏ ਕਿਸੇ ਬੱਚੇ ਨੇ ਕਿ ਜਿਹੜਾ ਬੱਚਾ 3-6 ਨੇ, 1-5 ਨੇ, ਪਰਸੈਂਟੇਜ ਬੇਸ਼ੱਕ ਉਹਦੀ 50-55% ਵੀ ਹੈ, ਉਹ ਬੱਚਾ ਜੇਕਰ ਕਿਊਬੈਕ ਦੇ ਵਿੱਚ ਅਪਲਾਈ ਕਰਦਾ ਤਾਂ ਉਸ ਬੱਚੇ ਦਾ ਜਿਹੜਾ ਵੀਜ਼ਾ ਸਕਸੈਸ ਰੇਟ ਆ ਕਿਤੇ ਨਾ ਕਿਤੇ ਆਮ ਸਾਰੇ ਕੈਨੇਡਾ ਨਾਲੋਂ ਬਹੁਤ ਵਧੀਆ ਰਹਿੰਦਾ। ਔਰ ਖਾਸ ਆਪਸ਼ਨ ਬੱਚੇ ਨੂੰ ਉੱਥੋਂ ਇਹ ਮਿਲਦੀ ਹੈ ਕਿ ਇੱਕ ਤਾਂ ਬੱਚਾ ਫੀਸ ਜਿਹੜੀ ਹੈ ਉਹ ਆਫਟਰ ਵੀਜ਼ਾ ਪੇ ਕਰ ਸਕਦਾ, ਦੂਜੀ ਗੱਲ ਹੈ ਬੱਚੇ ਦੀ ਫੀਸ ਜਿਹੜੀ ਹੈ 2 ਸਾਲਾਂ ਦੀ ਫੀਸ ਹੈ ਉਹ 9-10 ਲੱਖ ਹੈ। ਜਿੱਥੇ ਆਪਾਂ ਗੱਲ ਕਰੀਏ ਆਪਾਂ ਜੇ SDS 'ਚ ਫਾਈਲ ਲਗਾਉਂਦੇ ਹਾਂ ਜਾਂ ਆਪਾਂ ਨੋਨ SDS 'ਚ ਫਾਈਲ ਲਾਉਂਦੇ ਹਾਂ, ਸਾਲ ਦੀ ਕੋਰਸ ਦੀ ਫੀਸ ਭਰਦੇ ਹਾਂ ਅਤੇ ਆਪਾਂ ਨੂੰ 9-10 ਲੱਖ ਫੀਸ ਪੇ ਕਰਨੀ ਪੈਂਦੀ ਹੈ। ਪਰ ਇੱਥੇ ਜਿਹੜਾ ਅਸੀਂ ਆਪਸ਼ਨ ਲੈ ਕੇ ਆਏ ਬੱਚੇ ਕੋਲ, ਕਿਊਬੈਕ ਦੇ ਵਿੱਚ ਬੱਚੇ ਦੀ 2 ਸਾਲ ਦੀ ਫੀਸ ਜਿਹੜੀ ਹੈ ਉਹ 8-9 ਲੱਖ ਰੁਪਇਆ ਲੱਗੂਗੀ ਬੱਚੇ ਨੂੰ, ਔਰ ਦੂਜੇ ਪਾਸੇ ਬੱਚੇ ਦੀ ਜਿਹੜੀ ਫੀਸ ਹੈ ਉਹ ਬੱਚਾ ਵੀਜ਼ਾ ਲੱਗਣ ਤੋਂ ਬਾਅਦ ਭਰ ਸਕਦਾ ਹੈ। ਠੀਕ ਹੈ, ਯਾਨੀ ਫਰਕ ਤਾਂ ਰਹਿੰਦਾ ਨਾ, ਇੱਕ ਬੱਚਾ ਜਿਹੜਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਾ ਰਿਹਾ, ਇੱਕ ਬੱਚਾ ਟੋਰਾਂਟੋ ਪੜ੍ਹਨ ਜਾ ਰਿਹਾ, ਇੱਕ ਕਿਊਬੈਕ ਵਾਲੀ ਸਾਈਡ ਜਾ ਰਿਹਾ, ਤਿੰਨਾਂ ਦੇ ਵਿੱਚ ਫਰਕ ਆ ਜਾਂਦਾ ਫੀਸ ਨੂੰ ਲੈ ਕੇ? ਜੀ ਬਿਲਕੁਲ, ਫੀਸ 'ਚ ਫਰਕ ਕਾਫੀ ਰਹਿ ਜਾਂਦਾ, ਕਿਉਂਕਿ ਟੋਰਾਂਟੋ ਦੀ ਆਪਾਂ ਗੱਲ ਕਰੀਏ ਜਾਂ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ, ਆਲਮੋਸਟ ਸਾਰੇ ਕਾਲਜਸ ਦੇ ਵਿੱਚ ਯੂਨੀਵਰਸਿਟੀ ਦੀ ਜਿਹੜੀ ਫੀਸ ਆ ਉਹਨਾਂ ਦਾ ਅਲੱਗ ਦਾਇਰਾ ਹੈ, ਕਾਲਜ ਦੀ ਫੀਸ ਦਾ ਅਲੱਗ ਦਾਇਰਾ। ਪਰ ਜੇ ਆਪਾਂ ਕਿਊਬੈਕ ਦੀ ਪ੍ਰੋਪਰਲੀ ਗੱਲ ਕਰਦੇ ਹਾਂ, ਕਿਊਬੈਕ ਦੇ ਵਿੱਚ ਬੱਚੇ ਨੂੰ ਫੀਸਾਂ ਵੀ ਘੱਟ ਮਿਲਦੀਆਂ ਨੇ, ਔਰ ਦੂਜੇ ਪਾਸੇ ਕਿਊਬੈਕ ਸਰਕਾਰ ਵੱਲੋਂ ਖਾਸ ਪ੍ਰੋਗਰਾਮ ਚਲਾਇਆ ਗਿਆ ਸੀ ਕਿ ਜਿਹੜਾ ਬੱਚਾ ਆਪਣੇ ਮੇਨ ਕੋਰਸ ਦੇ ਨਾਲ ਨਾਲ ਫ੍ਰੈਂਚ ਲੈਂਗੁਏਜ ਦੇ ਕੋਰਸ 'ਚ ਐਡਮਿਸ਼ਨ ਲੈਂਦਾ, ਉਸ ਬੱਚੇ ਨੂੰ ਅਪਰੋਕਸੀਮੇਟਲੀ 1 ਮੰਥ ਦੇ $820 ਤੋਂ ਲੈ ਕੇ $825 ਜਿਹੜੇ ਨੇ ਸਮੇਤ, ਬੱਸ ਪਾਸ ਸਮੇਤ, ਬੱਚੇ ਦੀ ਪੋਕਟ ਮਨੀ ਦਾ ਖਰਚਾ ਉਹ ਕਿਊਬੈਕ ਦੀ ਗੌਰਮੈਂਟ ਵੱਲੋਂ ਦਿੱਤਾ ਜਾਂਦਾ। ਤਾਂ ਕਿ ਆਪਾਂ ਦੇਖਿਆ ਹੋਊਗਾ ਹਰੇਕ ਬੱਚਾ ਜਿਹੜਾ ਕਿਊਬੈਕ ਪੜ੍ਹਨ ਜਾ ਰਿਹਾ, ਤੁਹਾਡਾ ਵੀ ਕੋਈ ਜਾਣਕਾਰ ਹੋਊਗਾ, ਸਾਡੇ ਕੋਲੋਂ ਜਿਹੜੇ ਬੱਚੇ ਗਏ ਨੇ, ਬੱਚੇ ਕਿਊਬੈਕ ਐਡਮਿਸ਼ਨ ਲੈਂਦੇ ਨੇ 2 ਦਿਨ ਹਫ਼ਤੇ 'ਚ ਬੱਚੇ ਦੀ ਕਲਾਸ ਹੁੰਦੀ ਹੈ, ਬੱਚਾ ਬਾਕੀ ਦੇ 5 ਦਿਨ ਜਿਹੜੇ ਹੈ ਉਹ ਬੱਚਾ ਜਾ ਕੇ ਟੋਰਾਂਟੋ ਕੰਮ ਕਰਦਾ, ਮੈਕਸੀਮਮ ਬੱਚਾ ਆਪਾਂ ਦੇਖਦੇ ਹਾਂ ਸਟੇ ਵੀ ਟੋਰਾਂਟੋ ਕਰਦਾ, ਸਿਰਫ 2 ਦਿਨ ਲਈ ਕਿਊਬੈਕ ਆਉਂਦਾ। ਸੋ ਗੌਰਮੈਂਟ ਨੇ ਇੱਕ ਰਸਤਾ ਨਵਾਂ ਲੱਭਿਆ, ਇੱਕ ਚੰਗੇ ਚੀਜ਼ ਇਖਤਿਆਰ ਕੀਤੀ ਕਿ ਜਦੋਂ ਬੱਚੇ ਨੂੰ ਇੱਥੇ ਹੀ ਬੱਚੇ ਦੇ ਫੰਡ ਮਿਲਣਗੇ, ਜਿਵੇਂ ਕਿ ਬੱਚੇ ਕੋਲ GIC ਹੁੰਦਾ, ਬੱਚੇ ਨੂੰ $700-800 ਉਹਦਾ ਮੰਥਲੀ ਮਿਲਦਾ, $820-825 ਬੱਚੇ ਨੂੰ ਗੌਰਮੈਂਟ ਵੱਲੋਂ ਮਿਲ ਜਾਣੇ, ਬੱਚੇ ਕੋਲ $1,500-1,600 ਹੋ ਗਿਆ, ਬੱਚੇ ਨੂੰ ਕਿਤੇ ਕੰਮ ਕਰਨ ਦੀ ਲੋੜ ਨਹੀਂ, ਬੱਚੇ ਨੂੰ ਕਿਤੇ ਭੱਜਣ ਦੀ ਲੋੜ ਨਹੀਂ, ਬੱਚਾ ਪ੍ਰੋਪਰ ਕਿਊਬੈਕ ਰਹਿ ਸਕਦਾ, ਸਿਰਫ ਔਰ ਸਿਰਫ ਜੇ ਕਿਤੇ ਕਲਾਸ ਲਾਉਣੀ ਹੈ ਤੇ ਨਾਲ ਦੀ ਨਾਲ ਫ੍ਰੈਂਚ ਦੀ ਕਲਾਸ ਲਾਉਣੀ ਹੈ, ਉਹ ਵੀ ਤੁਹਾਡੀ ਹਫ਼ਤਾ ਨਹੀਂ ਪੂਰੀ ਹੈਗੀ, ਤਾਂ ਵੀ ਤੁਹਾਨੂੰ 20 ਘੰਟੇ ਜਿਹੜਾ ਕੰਮ ਹੈ ਉਹ ਅਲੱਗ ਤੋਂ ਅਲਾਊਡ ਹੈਗਾ ਹੀ ਹੈਗਾ, ਤੁਸੀਂ ਕੰਮ ਕਰ ਸਕਦੇ ਹੋ। ਯਾਨੀ ਕਿ ਤੁਸੀਂ ਕਿਊਬੈਕ ਪੜ੍ਹਨ ਜਾ ਕੇ ਤਾਂ ਫੀਸ ਘੱਟ ਹੈ, ਦੂਜੀ ਤੁਸੀਂ ਫੀਸ ਆਫਟਰ ਵੀਜ਼ਾ ਦੇ ਸਕਦੇ ਹੋ, ਤੀਜੀ ਤੁਹਾਡੀ ਪਰਸੈਂਟੇਜ ਘੱਟ ਹੈ, ਪਲੱਸ ਟੂ ਦੇ ਵਿੱਚ ਮੈਥ ਸਬਜੈਕਟ ਨਹੀਂ ਹੈ, ਪਲੱਸ ਟੂ ਦੇ ਵਿੱਚ ਕਿਸੇ ਇੱਕ ਸਬਜੈਕਟ 'ਚੋਂ ਨੰਬਰ 35% ਜਾਂ 40% ਨੇ, ਉਸ ਤੋਂ ਇਲਾਵਾ ਤੁਹਾਨੂੰ ਜਿਹੜੇ ਕੰਮ ਕਰਨ ਦੀ ਆਪਸ਼ਨ ਉਹ ਵਧੀਆ ਮਿਲ ਰਹੀ ਹੈ। ਸੋ ਕਿਊਬੈਕ ਇੱਕ ਚੰਗੀ ਆਪਸ਼ਨ ਹੈ, ਪਰ ਮੈਕਸੀਮਮ ਉਹਨਾਂ ਬੱਚਿਆਂ ਲਈ ਜਿਨ੍ਹਾਂ ਦੇ 1 ਮੋਡਿਊਲ ਦੇ ਵਿੱਚ ਸਾਢੇ
ਜੇ ਆਪਾਂ ਨੋਨ ਮੈਡੀਕਲ ਦਾ ਕੋਰਸ ਲਾਂਗੇ ਉਹ 'ਚ ਮੈਥ ਬਹੁਤ ਜ਼ਰੂਰੀ ਆ ਆਪਾਂ ਨੂੰ, ਮੈਕਸੀਮਮ ਕੋਰਸ ਇੰਜੀਨੀਅਰਿੰਗ ਦੀ ਗੱਲ ਕਰੀਏ ਆਪਾਂ ਮੈਡੀਕਲ ਦੇ ਵਿੱਚ ਮੈਥ ਦੀ ਕੋਈ ਜ਼ਰੂਰਤ ਨਹੀਂ ਹੈਗੀ, ਬੱਚੇ ਨੂੰ ਆਰਟਸ ਵਿਦ ਮੈਥ ਕਈ ਬੱਚੇ ਨੇ ਇਕਨੋਮਿਕਸ ਦੇ ਕੋਰਸ ਲੈਣੇ ਹੁੰਦੇ ਆ ਅੱਗੇ, ਸੋ ਜਿਹੜਾ ਬੱਚਾ ਹੋਟਲ ਮੈਨੇਜਮੈਂਟ ਵਰਗੀਆਂ ਡਿਗਰੀਆਂ 'ਚ ਜਾਂਦਾ ਉਹਨਾਂ ਨੂੰ ਮੈਥ ਦੀ ਕੋਈ ਲੋੜ ਨਹੀਂ, ਜਿਹੜਾ ਬੱਚਾ ਬਿਜ਼ਨਸ ਮੈਨੇਜਮੈਂਟ ਦੇ ਡਿਪਲੋਮੇ 'ਚ ਜਾਂਦਾ ਉਹਨਾਂ ਨੂੰ ਮੈਥ ਦੀ ਬਸ਼ਰਤੇ ਲੋੜ ਪੈਂਦੀ ਹੈ, ਪਰ ਕਿਊਬਿਕ ਦੇ ਵਿੱਚ ਤੁਸੀਂ ਕਿਸੇ ਵੀ ਡਿਗਰੀ 'ਚ ਐਡਮਿਸ਼ਨ ਲੈਣਾ ਤੁਹਾਨੂੰ ਮੈਥ ਸਬਜੈਕਟ ਦੀ ਪ੍ਰੋਪਰ ਜ਼ਰੂਰਤ ਨਹੀਂ ਹੈਗੀ, ਤੁਸੀਂ ਬਿਨਾਂ ਮੈਥ ਵੀ ਅਪਲਾਈ ਕਰ ਸਕਦੇ ਹੋ ਔਰ ਘੱਟ ਪਰਸੈਂਟੇਜ ਦੇ ਨਾਲ, ਔਰ ਖਾਸ ਗੱਲ ਹੈ ਕਿ ਤੁਹਾਡੇ ਕੋਲ ਇੱਥੇ ਇੰਟੇਕ ਦਾ ਵੀ ਬੜਾ ਤੁਹਾਨੂੰ ਫਾਇਦਾ ਮਿਲੂਗਾ ਬੱਚੇ ਨੂੰ। ਇੱਥੇ ਆਪਾਂ ਹੁਣ ਗੱਲ ਕਰੀਏ ਤਾਂ ਮਈ ਇੰਟੇਕ ਦੀ ਗੱਲ ਕਰੀਏ ਆਪਾਂ ਮਈ 2020 ਦੀ, ਤਾਂ ਮੈਨੂੰ ਲੱਗਦਾ ਕਿ ਆਲਮੋਸਟ ਮਈ 2020 ਲਈ ਸਾਰੇ ਕਾਲਜ ਯੂਨੀਵਰਸਿਟੀਆਂ, ਜੇ ਆਪਾਂ ਟੋਰਾਂਟੋ ਸਾਈਡ ਦੀ ਗੱਲ ਕਰਦੇ ਹਾਂ ਗੌਰਮੈਂਟ ਕਾਲਜ ਦੀ ਜਾਂ SDS ਦੇ ਅੰਡਰ ਗੱਲ ਕਰਦੇ, ਸਾਰੇ ਕਾਲਜ ਯੂਨੀਵਰਸਿਟੀਆਂ ਆਲਮੋਸਟ 80-90% ਫੁੱਲ ਹੋ ਚੁੱਕੇ ਨੇ। ਕੁਛ ਕੁ ਕੋਰਸ ਨੇ, ਜੇਕਰ ਬੱਚੇ ਦੀ ਇੱਕ ਡਿਮਾਂਡ ਹੈ ਕਿ ਮੈਂ ਸ਼ੈਲਡਨ 'ਚ ਜਾਣਾ ਤਾਂ ਮੈਂ ਇਸ ਕੋਰਸ 'ਚ ਜਾਣਾ, ਤਾਂ ਮੈਨੂੰ ਨਹੀਂ ਲੱਗਦਾ ਬੱਚੇ ਨੂੰ ਮਿਲ ਰਿਹਾ, ਬੱਚੇ ਨੂੰ ਆਪਸ਼ਨ ਮਿਲ ਰਹੇ ਨੇ ਪਰ ਘੱਟ ਮਿਲ ਰਹੇ ਨੇ, ਕਿਤੇ ਨਾ ਕਿਤੇ ਕੰਪਰੋਮਾਈਜ਼ ਕਰਨਾ ਪੈ ਰਿਹਾ ਬੱਚੇ ਨੂੰ ਕੋਰਸ ਨਾਲ, ਲੋਕੇਸ਼ਨ ਨਾਲ, ਕਾਲਜ ਨਾਲ, ਪ੍ਰੋਪਰ ਬੱਚਾ ਕੰਪਰੋਮਾਈਜ਼ ਦੇ ਦੌਰ 'ਤੇ ਮਈ ਇਨਟੇਕ ਅਪਲਾਈ ਕਰ ਰਿਹਾ ਜੀ। ਪਰ ਉੱਥੇ ਹੀ ਕਿਊਬਕ ਦੇ ਵਿੱਚ ਜਿਹੜੇ ਕਾਲਜਸ ਦੀ ਅਸੀਂ ਗੱਲ ਕਰ ਰਹੇ ਹਾਂ, ਬੱਚਾ ਮਾਰਚ ਇਨਟੇਕ ਦੇ ਵਿੱਚ ਅਪਲਾਈ ਕਰ ਸਕਦਾ, ਯਾਨੀ ਕਿ ਅੱਜ ਆਪਾਂ ਨਵੇਂ ਸਾਲ ਦੀ ਸ਼ੁਰੂਆਤ 'ਚ ਬੈਠੇ ਹਾਂ, ਬੱਚੇ ਕੋਲ ਹਜੇ ਵੀ ਟਾਈਮ ਹੈ, ਬੱਚਾ 2-4 ਦਿਨ ਦੇ ਵਿੱਚ ਅਨਰੋਲ ਕਰੇ, ਬੱਚਾ ਇੱਕ ਦਿਨ ਦੇ ਵਿੱਚ ਬੱਚੇ ਨੂੰ ਆਫਰ ਲੈਟਰ ਦਿੱਤਾ ਜਾਊਗਾ, ਉਸ ਤੋਂ ਬਾਅਦ ਬੱਚੇ ਦੀ CA ਕਿਉਂ ਆਉਣੀ ਆ ਉਹਨੂੰ ਬੇਸ਼ੱਕ 20-25 ਦਿਨ ਲੱਗਦੇ ਨੇ, ਪਰ ਬੱਚੇ ਕੋਲ ਤਾਂ ਵੀ ਮਾਰਚ ਇਨਟੇਕ ਦੀ ਫਾਈਲ ਲਾਉਣ ਲਈ ਪ੍ਰੋਪਰ ਸਮਾਂ, ਜੇ ਬੱਚਾ 2-4 ਦਿਨ ਦੇ ਵਿੱਚ ਅਨਰੋਲਮੈਂਟ ਕਰਦਾ। ਔਰ ਖਾਸ ਗੱਲ ਮੈਂ ਇੱਕ ਵਾਰ ਦੁਬਾਰਾ ਫਿਰ ਤੋਂ ਦੱਸੂਗਾ ਇੱਥੇ ਕਿ ਬੱਚੇ ਦੀ ਜਿਹੜੀ ਫੀਸ ਹੈ ਉਹ ਆਫਟਰ ਵੀਜ਼ ਹੈ, ਪਰ ਉਹ ਫੀਸ ਮੈਂ ਕੋਲੋਂ ਨਹੀਂ ਭਰ ਰਿਹਾ। ਇਹ ਗੱਲ ਮੈਂ ਬੱਚੇ ਨੂੰ ਕਲੀਅਰ ਕਰੂੰਗਾ, ਕਿਉਂਕਿ ਅਸੀਂ ਹਮੇਸ਼ਾ ਮੈਂ ਗੱਲ ਜਦੋਂ ਕੀਤੀ ਹੈ ਇਹ ਗੱਲ ਕੀਤੀ ਹੈ ਕਿ ਪੈਕੇਜ ਦੇ ਵੱਲ ਨਾ ਭੱਜਿਆ ਕਰੋ, ਫੀਸਾਂ ਬਾਅਦ 'ਚ ਦੇਣ ਵੱਲ ਨਾ ਭੱਜਿਆ ਕਰੋ, ਪਰ ਜੇ ਆਪਾਂ ਨੂੰ ਕਾਲਜ ਆਪਸ਼ਨ ਦੇ ਰਿਹਾ, ਤੁਸੀਂ ਕਾਲਜ ਦੇ ਵਿੱਚ ਫੀਸ ਆਫਟਰ ਵੀਜ਼ਾ ਦੇ ਸਕਦੇ ਹੋ, ਕਾਲਜ ਤੁਹਾਨੂੰ ਅਲੋਅ ਕਰ ਰਿਹਾ, ਕਾਲਜ ਤੁਹਾਨੂੰ LOA ਦੇ ਰਿਹਾ, ਤਾਂ ਬੱਚੇ ਨੂੰ ਉਸ ਚੀਜ਼ 'ਚ ਕੋਈ ਹਰਜ ਨਹੀਂ ਹੋਣਾ ਚਾਹੀਦਾ, ਬੱਚਾ ਇਸ ਲਈ ਕਾਲਜਸ ਰਹਿਣਗੇ ਜਿਹੜੇ ਕਿ ਆਫਟਰ ਜਿਹੜੀ ਹੈਗੀ ਫੀਸ ਲੈ ਰਹੇ ਨੇ ਵੀ ਤੁਹਾਡਾ ਵੀਜ਼ਾ ਅੱਜ ਫਿਰ ਤੁਸੀਂ ਪੇ ਕਰ ਦਿਓ, ਲਾਈਕ ਦੇ ਆਰ ਸਿਕਿਓਰ। ਮੈਮ ਬਿਲਕੁਲ ਵਧੀਆ ਕਾਲਜ ਨੇ, ਕਿਉਂਕਿ ਜਦੋਂ ਫੀਸ ਹੀ ਆਫਟਰ ਵੀਜ਼ਾ ਲੈ ਰਿਹਾ, ਬੱਚੇ ਦਾ ਰਿਸਕ ਹੀ ਨਹੀਂ ਹੈਗਾ ਕੋਈ, ਬੱਚੇ ਦੀ ਆਫਰ ਲੈਟਰ ਦੇ ਕੋਈ ਚਾਰਜਸ ਨਹੀਂ ਹੈਗੇ, ਬੱਚੇ ਨੇ ਆਫਰ ਲੈਟਰ ਚਾਰਜਸ ਪੇ ਹੀ ਨਹੀਂ ਕਰਨੇ, ਆਫਰ ਲੈਟਰ ਆਉਣੀ ਹੈ, ਬੱਚੇ ਨੇ CA ਕੋਈ ਅਪਲਾਈ ਕਰਨੀ, ਆਪਣੀ GIC ਭਰਨਾ, ਫਾਈਲ ਲੱਗਣੀ ਹੈ, ਰਿਜ਼ਲਟ ਆਉਣਾ, ਬੱਚੇ ਦਾ ਵੀਜ਼ਾ ਆ ਜਾਣਾ, ਤਾਂ ਬੱਚੇ ਨੇ ਫੀਸ ਪੇ ਕਰਨੀ ਹੈ, ਤਾਂ ਕਾਲਜ ਸਿਕਿਓਰ ਹੋਣ ਦਾ ਸਭ ਤੋਂ ਇੱਕ ਵਧੀਆ ਰੀਜ਼ਨ ਹੈ ਕਿ ਕਾਲਜ ਬਿਲਕੁਲ ਸਿਕਿਓਰ, ਤੁਹਾਡੀ ਫੀਸ ਆਫਟਰ ਵੀਜ਼ਾ। ਔਰ ਦੂਜੇ ਪਾਸੇ ਇਹ ਨਹੀਂ ਹੈਗਾ ਕਿ ਕਾਲਜ ਕੋਈ ਤੁਹਾਨੂੰ ਪੋਸਟ ਸਟੱਡੀ ਵਰਕ ਪਰਮਿਟ ਨਹੀਂ ਮਿਲਣਾ ਕਾਲਜ 'ਚ ਜਾ ਕੇ, ਜਾਂ ਤੁਹਾਨੂੰ ਪੜ੍ਹਾਈ ਤੋਂ ਬਾਅਦ ਕੀ ਆਪਸ਼ਨ ਹੋ ਗਈ, ਉਹ ਗੱਲ ਦੀ ਕੋਈ ਦਿੱਕਤ ਨਹੀਂ ਹੈਗੀ, ਬੱਚਿਆਂ ਨੂੰ ਕੋ ਪ੍ਰੋਗਰਾਮ ਵੀ ਹੈਗੇ ਉੱਥੇ, ਔਰ ਨਾਲ ਦੀ ਨਾਲ ਬੱਚਿਆਂ ਨੂੰ ਜਿਹੜਾ ਪੋਸਟ ਸਟੱਡੀ ਵਰਕ ਪਰਮਿਟ ਉਹ ਵੀ ਹੈਗਾ। ਉਸ ਤੋਂ ਇਲਾਵਾ ਵੀ ਜਿਹੜੇ ਬੱਚੇ ਚਾਹੁੰਦੇ ਨੇ ਕਿ ਅਸੀਂ ਕਿਊਬੈਕ ਨਹੀਂ ਜਾਣਾ, ਅਸੀਂ ਟੋਰਾਂਟੋ ਜਾਣਾ, ਉਸ ਤੋਂ ਇਲਾਵਾ ਵੀ ਜਿਹੜੇ ਬੱਚੇ ਚਾਹੁੰਦੇ ਨੇ ਕਿ ਅਸੀਂ ਮਿਸੀਸਾਗਾ ਏਰੀਆ 'ਚ ਜਾਣਾ ਜਾਂ ਅਸੀਂ ਵੈਨਕੂਵਰ ਏਰੀਆ ਜਾਣਾ, ਉਹਨਾਂ ਬੱਚਿਆਂ ਕੋਲ ਆਪਸ਼ਨ ਹੈ। ਤੁਹਾਡੇ 3 ਮੋਡਿਊਲ 'ਚ 6 ਬੈਂਡ ਹੋਣੇ ਚਾਹੀਦੇ ਨੇ, 1 ਮੋਡਿਊਲ 5.5 ਬੈਂਡ ਨੇ, ਪਰਸੈਂਟੇਜ ਘੱਟੋ ਘੱਟ 55-60% ਹੈਗੀ ਹੈ, 17-18-19 ਤੁਸੀਂ ਪਾਸ ਆਊਟ ਹੋ ਤਾਂ ਤੁਸੀਂ ਵੀ ਅਪਲਾਈ ਕਰ ਸਕਦੇ ਹੋ, ਤੁਹਾਡੇ ਕੋਲ ਵੀ ਫੀਸ ਆਫਟਰ ਵੀਜ਼ਾ ਦੀ ਆਪਸ਼ਨ ਬਿਲਕੁਲ ਰਹਿਣਗੀਆਂ, ਪਰ ਉਹ ਕੁਝ ਚੁਣਿੰਦਾ ਜਗ੍ਹਾ 'ਤੇ ਨੇ। ਠੀਕ ਹੈ, ਗ੍ਰੇਟ। ਸੋ ਕੈਨੇਡਾ UK ਦੇ ਨਾਲ ਨਾਲ ਜੀ ਅਸੀਂ ਹੁਣ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਵੀ ਗੱਲ ਕਰਾਂਗੇ, ਯਾਨੀ ਕਿ ਕਿੱਦਾਂ ਦੀਆਂ ਪ੍ਰੋਫਾਈਲਸ ਜੀ ਇਸ ਵਾਰੀ ਅਪਲਾਈ ਕਰਨ, ਤਾਂ ਕਿ ਹੁਣ 2019 ਦੇ ਵਿੱਚ ਜਿਨ੍ਹਾਂ ਦਾ ਸੁਪਨਾ ਹੈ ਆਸਟ੍ਰੇਲੀਆ ਜਾਣ ਦਾ ਪੂਰਾ ਨਹੀਂ ਹੋ ਪਾਇਆ, ਉਹ ਆਪਣਾ ਸੁਪਨਾ 2020 ਦੇ ਵਿੱਚ ਪੂਰਾ ਜ਼ਰੂਰ ਕਰ ਸਕਦੇ ਨੇ ਜੀ। ਅਤੇ ਉਹਦੇ ਵਾਸਤੇ ਐਡਰੈਸ ਤੁਹਾਡੀ ਸਕਰੀਨ ਦੇ ਉੱਤੇ, ਐਜੂਕੇਸ਼ਨ ਐਬਰਾਡ ਕੰਸਲਟੈਂਟਸ ਤੋਂ ਮਿਸਟਰ ਜਤਿੰਦਰ ਸਟੱਡੀ ਵੀਜ਼ਾ ਐਕਸਪਰਟ ਸਾਡੇ ਨਾਲ ਨੇ। ਸਰ, ਆਸਟ੍ਰੇਲੀਆ ਜਿਨ੍ਹਾਂ ਦਾ ਹੁਣ 2019 ਦੇ ਵਿੱਚ ਸੁਪਨਾ ਪੂਰਾ ਨਹੀਂ ਹੋਇਆ, 2020 ਦੇ ਵਿੱਚ ਯਾਨੀ ਕਿ ਕਿਹੜੀਆਂ ਕਿਹੜੀਆਂ ਤਿਆਰੀਆਂ ਦੇ ਨਾਲ ਤਾਂ ਕਿ ਅਪਲਾਈ ਕਰੀਏ ਅਤੇ ਹੁਣ ਆਸਟ੍ਰੇਲੀਆ ਵੀਜ਼ਾ ਦੇ ਬਸ ਪਹਿਲੀ ਵਾਰੀ ਦੇ ਵਿੱਚ ਹੀ? ਮੈਮ ਪਹਿਲੀ ਗੱਲ ਤਾਂ ਬੱਚੇ ਕੋਲ ਇਸ ਟਾਈਮ ਅੱਜ ਦੀ ਡੇਟ 'ਚ ਇਨਟੇਕ ਹੈਗਾ ਫਰਵਰੀ ਅਤੇ ਮਾਰਚ। ਠੀਕ ਹੈ, ਫਰਵਰੀ ਮਾਰਚ ਦੋਨੇ ਇਨਟੇਕ ਨੇ, ਕਿਉਂਕਿ ਕੁਛ ਯੂਨੀਵਰਸਿਟੀਆਂ ਦੇ ਮਾਰਚ ਇਨਟੇਕ ਨੇ, ਕੁਛ ਯੂਨੀਵਰਸਿਟੀਆਂ ਦੇ ਫਰਵਰੀ ਇਨਟੇਕ ਨੇ। ਠੀਕ ਹੈ ਜੀ। ਕਾਲਜਸ ਦੀ ਆਪਾਂ ਗੱਲ ਕਰੀਏ, ਮੈਨੂੰ ਲੱਗਦਾ ਹਰੇਕ ਬੱਚੇ ਨੂੰ ਪਤਾ ਕਿ ਹਰੇਕ ਮੰਥੀ ਕਾਲਜਸ ਦੇ ਇਨਟੇਕ ਹੁੰਦੇ ਨੇ, ਫੈਬ, ਮਾਰਚ, ਅਪ੍ਰੈਲ, ਮਈ ਬੱਚਾ ਕਦੇ ਵੀ ਅਪਲਾਈ ਕਰ ਸਕਦਾ, ਪਰ ਜਿਹੜੀ ਪਰਸੈਂਟੇਜ ਨੂੰ ਲੈ ਕੇ ਕਿਤੇ ਨਾ ਕਿਤੇ ਔਰ ਮੇਨ ਸਬਜੈਕਟ ਦੀ ਪਰਸੈਂਟੇਜ ਨੂੰ ਲੈ ਕੇ, ਯਾਨੀ ਕਿ ਓਵਰਆਲ ਪਰਸੈਂਟੇਜ, ਕੋਈ ਬੱਚਾ ਜਿਹੜਾ 2018 ਜਾਂ 2019 ਪਾਸ ਆਊਟ ਹੈ ਸਿਰਫ ਮਾਰਚ ਇਨਟੇਕ ਲਈ, ਜਦੋਂ ਮਾਰਚ ਤੋਂ ਬਾਅਦਲੇ ਇਨਟੇਕ ਹੋਣਗੇ ਉਹ 'ਚ ਸਿਰਫ ਔਰ ਸਿਰਫ 2019 ਪਾਸ ਆਊਟ ਬੱਚੇ ਹੋਣੇ ਚਾਹੀਦੇ ਹੈ। ਜਿਹੜਾ ਬੱਚਾ +2 ਕਰਕੇ ਗ੍ਰੈਜੂਏਸ਼ਨ ਲਈ ਜਾਣਾ ਚਾਹੁੰਦਾ ਉਸ ਬੱਚੇ ਕੋਲ ਘੱਟੋ ਘੱਟ ਜਿਹੜੀ ਪਰਸੈਂਟੇਜ ਹੈ 60% ਹੋਣੀ ਚਾਹੀਦੀ, ਜਿਹੜਾ ਬੱਚਾ CBSE ਬੋਰਡ ਤੋਂ ਹੈ, ਔਰ 65% ਬੱਚੇ ਦੇ ਨੰਬਰ ਹੋਣੇ ਚਾਹੀਦੇ, ਜਿਹੜਾ ਬੱਚਾ ਕਿਸੇ ਵੀ ਸਟੇਟ ਬੋਰਡ ਤੋਂ, ਚਾਹੇ ਹਰਿਆਣਾ, ਪੰਜਾਬ ਜਾਂ UP, ਕੋਈ ਵੀ ਸਟੇਟ ਬੋਰਡ, ਉਸ ਤੋਂ ਬੱਚਾ ਜੇ ਪੜਿਆ ਹੋਇਆ ਤਾਂ ਬੱਚੇ ਦੇ 65% ਹੋਣੀ ਜ਼ਰੂਰੀ ਹੈ, ਔਰ ਨਾਲ ਦੀ ਨਾਲ ਆਇਲਸ ਦੇ ਵਿੱਚੋਂ ਓਵਰਆਲ ਤੁਹਾਡੇ 6 ਬੈਂਡ, 1 ਜਾਂ 2 ਮੋਡਿਊਲ, ਮੈਕਸੀਮਮ 2 ਮੋਡਿਊਲ 'ਚ 5.5 ਬੈਂਡ ਨੇ, ਤਾਂ ਤੁਸੀਂ ਆਸਟ੍ਰੇਲੀਆ ਵਿੱਚ ਡਿਪਲੋਮਾ ਜਾਂ ਡਿਗਰੀ ਅਪਲਾਈ ਕਰ ਸਕਦੇ ਹੋ। ਔਰ ਦੂਜੇ ਪਾਸੇ ਜਿਹੜੇ ਬੱਚਿਆਂ ਦੇ 3 ਮੋਡਿਊਲ 'ਚ 5.5 ਨੇ, 1 'ਚ 6 ਨੇ, ਓਵਰਆਲ 5.5 ਬਣਦੇ ਨੇ, ਉਹ ਬੱਚੇ ਡਿਪਲੋਮਾ ਲਈ ਅਪਲਾਈ ਕਰ ਸਕਦੇ ਨੇ, ਪਰ
ਉਹ ਬੱਚਿਆਂ ਦੀ ਘੱਟੋ ਘੱਟ ਜਿਹੜੀ ਪਰਸੈਂਟੇਜ ਆ 55 ਤੋਂ ਲੈ ਕੇ 65 ਦੇ ਵਿੱਚ ਚਾਹੀਦੀ ਹੈ, ਓਵਰਆਲ ਬੈਂਡ ਵੀ 6 ਚਾਹੀਦੇ ਨੇ, ਔਰ ਈਚ ਮੋਡਿਊਲ ਵੀ ਤੁਹਾਡੇ 6 ਬੈਂਡ ਨੇ, ਤਾਂ ਤੁਸੀਂ ਮਾਸਟਰ ਡਿਗਰੀ ਆਸਟ੍ਰੇਲੀਆ ਅਪਲਾਈ ਕਰ ਸਕਦੇ ਹੋ, ਬੇਸ਼ੱਕ ਤੁਸੀਂ ਇਕੱਲੇ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ। ਠੀਕ ਹੈ, ਸੋ ਸਪਾਊਸ ਨੂੰ ਵੀ ਯਾਨੀ ਕਿ ਵੀਜ਼ਾ ਇੱਥੇ ਕੈਟਾਗਰੀ ਇੱਕ ਬਣਾਈ ਗਈ ਹੈ ਜੀ, ਸਪੈਸ਼ਲੀ ਜਦੋਂ ਤੁਸੀਂ ਆਸਟ੍ਰੇਲੀਆ ਦੇ ਬਾਰੇ ਸੋਚਦੇ ਹੈਗੇ ਹੋ, ਤੇ ਸਪਾਊਸ ਇੱਥੇ ਨਾਲ ਜਾਏਗਾ ਜਾਂ ਬਾਅਦ ਦੇ ਵਿੱਚ, ਜਿੱਦਾਂ ਕਈ ਵਾਰੀ ਅਸੀਂ ਸੁਣਦੇ ਨਾ ਵੀ ਪਹਿਲਾਂ ਮੇਨ ਐਪਲੀਕੈਂਟ ਜਾਏਗਾ ਜੀ, ਆਪਣੀ 6 ਮਹੀਨੇ ਪੜ੍ਹਾਈ ਕਰੇਗਾ, ਫਿਰ ਸਪਾਊਸ ਕਿਸੇ ਵੀ ਕੰਟਰੀ ਦੇ ਵਿੱਚ ਜੇਕਰ ਮੇਨ ਐਪਲੀਕੈਂਟ ਦੀ ਪਲੱਸ 2 ਹੈ, ਬੱਚਾ ਗ੍ਰੈਜੂਏਸ਼ਨ ਲਈ ਜਾ ਰਿਹਾ ਹੈ, ਤਾਂ ਕਦੇ ਵੀ ਜਿਹੜਾ ਉਹਦਾ ਸਪਾਊਸ ਹੈ ਉਹ ਨਾਲ ਨਹੀਂ ਜਾਂਦਾ, ਉਹਨੂੰ ਬਾਅਦ 'ਚ ਹੀ ਆਪਾਂ ਅਪਲਾਈ ਕਰ ਸਕਦੇ ਹਾਂ। ਠੀਕ ਹੈ, ਸੋ ਦੂਜੇ ਪਾਸੇ ਜਿਹੜੇ ਬੱਚੇ ਨੇ ਇੱਥੇ ਗ੍ਰੈਜੂਏਸ਼ਨ ਕੀਤੀ ਹੋਈ ਹੈ, ਪੀਜੀ ਕੋਰਸ ਲਈ ਜਾ ਰਿਹਾ, ਉਹ ਆਪਣੇ ਸਪਾਊਸ ਨੂੰ ਡੇ 1 ਤੋਂ ਨਾਲ ਲੈ ਕੇ ਜਾ ਸਕਦਾ, ਪਰ ਸ਼ਰਤਾਂ ਕਿਤੇ ਨਾ ਕਿਤੇ ਥੋੜ੍ਹੀਆਂ ਜਿਹੀਆਂ ਬਦਲਦੀਆਂ ਨੇ, ਸਪਾਊਸ ਨੂੰ ਲੈ ਕੇ ਨਹੀਂ, ਤੁਹਾਡੀ ਫਾਈਲ ਨੂੰ ਲੈ ਕੇ, ਤੁਹਾਡੀ ਪਰਸੈਂਟੇਜ ਨੂੰ ਲੈ ਕੇ ਨਹੀਂ, ਸਿਰਫ ਔਰ ਸਿਰਫ ਤੁਹਾਡੇ ਫੰਡਿੰਗ ਨੂੰ ਲੈ ਕੇ, ਕਿਉਂਕਿ ਜਿੱਥੇ ਬੱਚੇ ਨੇ ਆਪਣਾ 1 ਸਾਲ ਦੀ ਫੀਸ ਸ਼ੋਅ ਕਰਨੀ, ਆਪਣਾ ਲਿਵਿੰਗ ਐਕਸਪੈਂਸ ਸ਼ੋਅ ਕਰਨਾ, ਉੱਥੇ ਹੀ ਬੱਚੇ ਨੇ ਸਪਾਊਸ ਦਾ ਲਿਵਿੰਗ ਐਕਸਪੈਂਸ ਵੀ ਸ਼ੋਅ ਕਰਨਾ, ਸਪਾਊਸ ਦਾ ਵੀ ਜਿਹੜਾ ਇੰਸ਼ੋਰੈਂਸ ਆ ਪ੍ਰੋਪਰ OSHC ਹੈ ਜਿਹੜੀ ਉਹ ਨਾਲ ਜਾਣੀ ਆ, ਤਾਂ ਬੱਚਾ ਅਪਲਾਈ ਕਰ ਸਕਦਾ ਹੈ। ਮੇਨ ਐਪਲੀਕੈਂਟ ਦੇ ਅੱਜ ਦੀ ਡੇਟ 'ਚ ਆਪਾਂ ਗੱਲ ਕਰਦੇ ਹਾਂਗੇ, 25 ਤੋਂ 26 ਲੱਖ ਦੇ ਫੰਡ ਚਾਹੀਦੇ ਇੱਕ ਬੱਚੇ ਦੇ, ਸਾਲ ਦਾ ਜਿਹੜਾ 2 ਸਾਲ ਦੇ ਬੱਚਾ ਡਿਪਲੋਮੇ ਲਈ ਜਾ ਰਿਹਾ ਚਾਹੇ ਡਿਗਰੀ ਲਈ ਜਾ ਰਿਹਾ, ਉਹ 1 ਮੰਥ ਜਾਂ ਤਾਂ ਪੁਰਾਣੇ ਹੋਣੇ ਚਾਹੀਦੇ ਆ, ਜਾਂ ਐਜੂਕੇਸ਼ਨ ਲੋਨ ਹੋਣਾ ਚਾਹੀਦਾ, ਜਾਂ ਤੁਹਾਨੂੰ ਪ੍ਰੋਪਰ ਇੱਕ 3 ਮੰਥ ਪੁਰਾਣੇ ਬੈਂਕ ਦੀ ਸਟੇਟਮੈਂਟ ਚਾਹੀਦੀ ਆ, ਉਸਦੇ ਬਿਹਾਫ ਤੇ ਤੁਸੀਂ ਅਪਲਾਈ ਕਰ ਸਕਦੇ ਹੋ। ਜੇਕਰ ਤੁਸੀਂ ਸਪਾਊਸ ਨਾਲ ਅਪਲਾਈ ਕਰਨਾ ਚਾਹੁੰਦੇ ਹੋ, ਤੁਹਾਨੂੰ 36 ਤੋਂ 37 ਲੱਖ ਦੇ ਫੰਡ ਚਾਹੀਦੇ ਨੇ, ਜੇਕਰ ਤੁਸੀਂ ਸਪਾਊਸ ਨਾਲ ਆਸਟ੍ਰੇਲੀਆ ਅਪਲਾਈ ਕਰਨਾ ਚਾਹੁੰਦੇ ਹੋ। ਜੀ ਜਤਿੰਦਰ ਸਰ, ਇੱਕ ਸਵਾਲ ਹੋਰ, ਜਿੱਦਾਂ ਤੁਸੀਂ ਪਹਿਲਾਂ ਸ਼ੁਰੂ ਦੇ ਵਿੱਚ ਕਿਹਾ ਨਾ, ਜਦੋਂ ਅਸੀਂ ਆਸਟ੍ਰੇਲੀਆ ਦੀ ਗੱਲ ਕੀਤੀ ਹੈ, ਯੂ ਸੈਡ ਕਿ 2018 ਜਾਂ ਫਿਰ 19 ਪਾਸ ਆਊਟ ਸਟੂਡੈਂਟ ਜਿਹੜਾ ਹੈਗਾ ਉਹੀ ਅਪਲਾਈ ਕਰ ਸਕਦਾ, ਉਸ ਤੋਂ ਪਹਿਲਾਂ ਵਾਲੇ ਸਟੂਡੈਂਟ ਨੂੰ ਕੀ ਹੁਣ ਮੌਕਾ ਨਹੀਂ ਮਿਲੇਗਾ ਆਸਟ੍ਰੇਲੀਆ ਦੇ ਵਿੱਚ? ਮੈਮ, ਜਿਹੜੇ ਤਾਂ ਸਟੂਡੈਂਟ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ, ਉਹਦਾ ਚਾਹੇ 2, 4, 5, 6 ਸਾਲ ਦਾ ਗੈਪ ਹੈ, ਕੋਈ ਇਸ਼ੂ ਨਹੀਂ ਹੈਗਾ, ਬੱਚੇ ਕੋਲ ਪ੍ਰੋਪਰ ਗੈਪ ਦੇ ਪ੍ਰੂਫ ਹੈਗੇ ਨੇ ਕਿ ਗੈਪ ਦੇ ਦੌਰਾਨ ਬੱਚੇ ਨੇ ਕੀ ਕੀਤਾ, ਤਾਂ ਉਹ ਬੱਚਾ ਆਸਟ੍ਰੇਲੀਆ ਅਪਲਾਈ ਕਰ ਸਕਦਾ, ਈਜ਼ਲੀ ਕਰ ਸਕਦਾ, ਕੋਈ ਇਸ਼ੂ ਨਹੀਂ ਹੈਗਾ। ਪਰ ਜਿਹੜੇ ਬੱਚੇ ਨੇ ਪਲੱਸ 2 ਕੀਤੀ ਹੋਈ ਹੈ ਔਰ ਉਹ ਬੱਚਾ 2017 ਪਾਸ ਆਊਟ ਹੈ, ਉਹ ਬੱਚਾ ਅੱਜ ਦੀ ਡੇਟ 'ਚ ਅਪਲਾਈ ਨਹੀਂ ਕਰ ਸਕਦਾ। ਬੇਸ਼ੱਕ ਆਪਾਂ ਅੱਜ ਵੀ ਐਡਸ ਦੇਖ ਰਹੇ ਹਾਂ ਕਿ 5.5 ਬੈਂਡ ਦਾ ਆਸਟ੍ਰੇਲੀਆ ਜਾਓ, 2016-17 ਪਾਸ ਆਊਟ ਜਾਓ, ਫੀਸ ਆਫਟਰ ਵੀਜ਼ਾ ਦਿਓ, ਪਰ ਕਿਤੇ ਨਾ ਕਿਤੇ ਇੱਕ ਜੂ ਹੈ, ਤੁਹਾਡੀ ਫਾਈਲ ਨਾਲ 100 ਫਾਈਲਾਂ ਇਕੱਠੀਆਂ ਕੀਤੀਆਂ, ਕਾਲਜ ਕੋਲ ਲਾਤੀਆਂ, ਵਿੱਚੋਂ 10 ਵੀਜ਼ੇ ਨਿਕਲ ਗਏ, ਉਹ 10 ਨੂੰ ਇੰਨਾ ਕੁ ਪ੍ਰਮੋਟ ਕਰਤਾ ਕਿ ਬਹੁਤ ਵੀਜ਼ੇ ਆ ਰਹੇ ਨੇ ਆਸਟ੍ਰੇਲੀਆ ਦੇ, ਉਹਨਾਂ ਦੇ ਬਿਹਾਫ ਤੇ ਹੋਰ ਫਾਈਲਾਂ ਇਕੱਠੀਆਂ ਕੀਤੀਆਂ, 200 ਕੀਤੀਆਂ, 200 'ਚ 20 ਵੀਜ਼ੇ ਆ ਗਏ, ਉਹ ਚੀਜ਼ਾਂ ਸ਼ੋਅ ਕਰਨੀਆਂ ਨੇ। 5.5 ਬੈਂਡ ਦੇ ਵੀਜ਼ੇ ਆਉਂਦੇ ਨੇ, ਨੋ ਡਾਊਟ, ਪਰ ਬੱਚੇ ਦੀ ਪਰਸੈਂਟੇਜ ਮੈਟਰ ਕਰਦੀ ਹੈ, ਜੇ ਬੈਂਡ ਵੀ 5.5 ਨੇ, ਕਾਲਜ ਵੀ ਲੈਵਲ 3 ਦਾ, ਤਾਂ 55% ਤੁਹਾਡੇ ਨੰਬਰ ਨੇ, ਤਾਂ ਮੈਨੂੰ ਨਹੀਂ ਲੱਗਦਾ ਵੀਜ਼ਾ ਆਉਣ ਦੇ ਕੋਈ ਚਾਂਸ ਨਹੀਂ। ਘੱਟੋ ਘੱਟ ਤੁਹਾਡੇ ਬੈਂਡ ਘੱਟਨੇ, ਪਰਸੈਂਟੇਜ ਚੰਗੀ ਹੋਏ, ਕਾਲਜ ਚੰਗਾ ਚੂਜ਼ ਕੀਤਾ ਹੋਏ, ਕੋਰਸ ਤੁਹਾਡਾ ਚੰਗਾ ਚੂਜ਼ ਕੀਤਾ ਹੋਏ, ਜ਼ਰੂਰੀ ਨਹੀਂ ਕਿ ਆਪਾਂ ਬਿਜ਼ਨਸ ਦੇ ਕੋਰਸ ਜਾਈਏ, ਹੋਟਲ ਮੈਨੇਜਮੈਂਟ ਦੇ ਕੋਰਸ ਜਾਈਏ, ਕੁੱਕਰੀ 'ਚ ਜਾਈਏ, ਹੋਰ ਵੀ ਕਾਫੀ ਕੋਰਸ ਨੇ, ਇੱਕ ਵਾਈਡ ਰੇਂਜ ਆ ਕੋਰਸਿਸ ਆਸਟ੍ਰੇਲੀਆ ਦੇ ਵਿੱਚ। ਜੀ ਜੀ, ਸਟੇਟਸ ਨੂੰ ਲੈ ਕੇ ਥੋੜ੍ਹਾ ਬੱਚਿਆਂ ਨੂੰ ਕਹਿੰਦਾ, ਬੱਚਾ ਮੈਲਬਰਨ ਨੂੰ ਪ੍ਰੈਫਰ ਕਰਦਾ, ਬੱਚਾ ਸਿਡਨੀ ਨੂੰ ਪ੍ਰੈਫਰ ਕਰਦਾ, ਅੱਜ ਦੀ ਡੇਟ 'ਚ ਜਿਹੜਾ ਬੱਚਾ ਮੈਨੂੰ ਲੱਗਦਾ ਕੈਨਬਰਾ ਅਪਲਾਈ ਕਰ ਰਿਹਾ, ਬੱਚਾ ਡਾਰਵਿਨ ਅਪਲਾਈ ਕਰ ਰਿਹਾ, ਬੱਚਾ ਪਰਥ ਅਪਲਾਈ ਕਰ ਰਿਹਾ, ਉਹਨਾਂ ਬੱਚਿਆਂ ਦਾ ਸਕਸੈਸ ਰੇਟ ਅੱਜ ਵੀ ਵਧੀਆ, ਕੱਲ ਵੀ ਵਧੀਆ ਸੀ, ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਕਾਫੀ ਵਧੀਆ ਰਹੂਗਾ, ਕਿਉਂਕਿ ਰੀਜਨਲ ਏਰੀਆ ਨੂੰ ਆਸਟ੍ਰੇਲੀਆ ਕਾਫੀ ਸਮੇਂ ਤੋਂ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਕਿਤੇ ਨਾ ਕਿਤੇ ਜਿਹੜਾ ਆਪਣਾ ਇੰਡੀਅਨ ਬੱਚਾ ਹੈ, ਉਹ ਕਿਤੇ ਨਾ ਕਿਤੇ ਪ੍ਰੈਫਰੈਂਸ ਇਹ ਦਿੰਦਾ ਕਿ ਮੈਂ ਤਾਂ ਮੈਲਬਰਨ ਹੀ ਜਾਣਾ, ਮੇਰੇ ਰਿਸ਼ਤੇਦਾਰ ਨੇ, ਮੈਂ ਸਿਡਨੀ ਹੀ ਜਾਣਾ, ਸੋ ਕੈਨਬਰਾ ਤੁਸੀਂ ਜਾ ਸਕਦੇ ਹੋ, ਪਰਥ ਜਾ ਸਕਦੇ ਹੋ, ਡਾਰਵਿਨ ਜਾ ਸਕਦੇ ਹੋ, ਡਾਰਵਿਨ ਦੇ ਤੁਹਾਡੇ ਕੋਲੇ ਓਵਰਆਲ ਤੁਹਾਡੇ 5.5 ਨੇ ਈਚ, ਤੁਹਾਡੇ 1 ਜਾਂ 2 ਮੋਡਿਊਲ 'ਚ 5 ਬੈਂਡ ਨੇ, 55% ਨੰਬਰ ਨੇ, 18-19 ਪਾਸ ਆਊਟ, ਡਾਰਵਿਨ ਦੇ ਵਿੱਚ ਅੱਜ ਵੀ ਆਪਸ਼ਨ ਹੈ, 5.5 ਬੈਂਡ ਦਾ ਬੱਚਿਆਂ ਦੇ ਡਿਪਲੋਮੇ 'ਚ ਵੀਜ਼ਾ ਆ ਰਹੇ ਨੇ, ਔਰ ਡਿਪਲੋਮੇ ਤੋਂ ਬਾਅਦ ਬੱਚੇ ਨੂੰ ਡਿਗਰੀ ਕਰਨ ਦੀ ਲੋੜ ਨਹੀਂ, 2 ਸਾਲ ਦੇ ਡਿਪਲੋਮੇ ਤੋਂ ਬਾਅਦ ਬੱਚੇ ਨੂੰ ਡਾਇਰੈਕਟਲੀ 2 ਸਾਲ ਦਾ ਵਰਕ ਪਰਮਿਟ ਮਿਲ ਰਿਹਾ, ਔਰ ਉੱਥੇ ਬੱਚਾ 4 ਸਾਲ ਤੋਂ ਲੈ ਕੇ 4.5 ਸਾਲ ਬਾਅਦ PR ਪਾ ਸਕਦਾ, ਔਰ ਜਿਹੜੀ ਉਹਦੀ ਨੋਮੀਨੇਸ਼ਨ ਹੋਊਗੀ ਸਟੇਟ ਵੱਲੋਂ ਦਿੱਤੀ ਜਾਊਗੀ, ਕਿਉਂਕਿ ਡਾਰਵਿਨ ਸਟੇਟ ਹਜੇ ਪ੍ਰਮੋਟ ਹੋ ਰਹੀ ਹੈ, ਜੇ ਸਟਾਰਟ ਹੋਈ ਹੈ, ਸੋ ਉੱਥੋਂ ਦੀ ਵੀਜ਼ਾ ਆਉਣ ਦੀ ਬਹੁਤ ਸੰਭਾਵਨਾ ਹੈ, ਸੋ ਅਪਲਾਈ ਕਰਨਾ ਚਾਹੁੰਦੇ ਹੋ 5.5 ਬੈਂਡ ਨਾਲ ਵੀ, ਤਾਂ ਵੀ ਆਸਟ੍ਰੇਲੀਆ ਤੁਹਾਡਾ ਵੈਲਕਮ ਹੈ, ਪਰ ਸਿਰਫ ਔਰ ਸਿਰਫ ਡਾਰਵਿਨ ਦੇ ਲਈ। ਜੀ, ਜਦੋਂ ਸਰ ਰਿਕੁਆਇਰਮੈਂਟ ਦੇ ਅਕੋਰਡਿੰਗ ਜਦੋਂ ਬੱਚਾ ਅਪਲਾਈ ਕਰ ਰਿਹਾ, ਫਿਰ ਵੀ ਅਗਰ ਵੀਜ਼ਾ ਨਹੀਂ ਆਉਂਦਾ, ਤਾਂ ਮੀਨਸ ਉੱਥੇ ਗਲਤੀ ਜਾਂ ਕਿੱਥੇ ਮਿਸਟੇਕ ਰਹਿ ਜਾਂਦੀ ਹੈ, ਕਿਹਦੀ ਗਲਤੀ ਅਸੀਂ ਉਹਨੂੰ ਮੰਨਾਂਗੇ? ਜੇ ਆਪਾਂ ਪੰਜਾਬੀ 'ਚ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਦਾਣਾ ਪਾਣੀ ਬਹੁਤ ਜ਼ਰੂਰੀ ਹੈ। ਜੀ, ਕਈ ਵਾਰੀ ਕੀ ਹੁੰਦਾ ਕਿ ਬੱਚੇ ਦਾ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਕਿ ਬੱਚੇ ਦੀ 7 ਬੈਂਡ 'ਤੇ ਵੀ ਰਿਫਿਊਜ਼ਲ ਆ ਜਾਂਦੀ ਹੈ, ਔਰ ਬੱਚੇ ਦਾ 5.5 ਬੈਂਡ 'ਤੇ ਵੀਜ਼ਾ ਵੀ ਆ ਜਾਂਦਾ। ਕਈ ਵਾਰੀ ਇੱਦਾਂ ਦੀਆਂ ਫਾਈਲ ਸਾਡੇ ਕੋਲ ਵੀ ਆਉਂਦੇ ਨੇ ਕਿ ਬੱਚਾ ਅਸੀਂ ਫਾਈਲ ਲਾਉਣ ਨੂੰ ਰੈਡੀ ਨਹੀਂ ਹੁੰਦੇ, ਪਰ ਬੱਚੇ ਵੱਲੋਂ ਕੋਈ ਹੁੰਦਾ ਕਿ ਮੇਰੀ ਫਾਈਲ ਲਾ ਕੇ ਦੇਖੋ ਸ਼ਾਇਦ ਮੇਰਾ ਵੀਜ਼ਾ ਆ ਜੇ। ਰੀਸੈਂਟਲੀ ਮੈਂ ਕਿੱਸਾ ਸ਼ੇਅਰ ਕਰਦਾ ਤੁਹਾਡੇ ਨਾਲ ਕਿ ਅੱਜ ਤੋਂ 6-7 ਮਹੀਨੇ ਪਹਿਲਾਂ ਦੀ ਗੱਲ ਹੈ, ਉਦੋਂ ਆਸਟ੍ਰੇਲੀਆ 5.5 ਬੈਂਡ 'ਤੇ ਬਹੁਤ ਵਧੀਆ ਪ੍ਰਮੋਸ਼ਨ ਹੁੰਦੀ ਸਰ, ਆਸਟ੍ਰੇਲੀਆ 'ਚ ਵੀਜ਼ੇ ਬਹੁਤ ਆਉਂਦੇ 5.5 ਬੈਂਡ
ਪੂਰੇ ਨੇ, ਤੁਹਾਡੀ ਪਰਸੈਂਟੇਜ ਵਧੀਆ, ਤੁਹਾਡੇ ਬੈਂਡ ਚੰਗੇ ਨੇ, ਅਸੀਂ ਕੇਸ ਅਪਲਾਈ ਕਰਾਂਗੇ ਕਿਉਂਕਿ ਸਾਨੂੰ ਵੀ ਵੀਜ਼ਾ ਲੈ ਕੇ ਫਾਇਦਾ ਹੈ, ਬਿਲਕੁਲ, ਕਿਉਂਕਿ ਅਸੀਂ ਵੀਜ਼ਾ ਲਵਾਂਗੇ, ਕੱਲ ਨੂੰ ਬੱਚਾ ਚਾਰ ਬੱਚਿਆਂ ਨੂੰ ਦੱਸੂਗਾ ਕਾਲਜ 'ਚ ਸਾਡੀ ਰੈਪੂਟੇਸ਼ਨ ਬਣਦੀ ਹੈ, ਵੈਸੇ ਸਾਡੀ ਰੈਪੂਟੇਸ਼ਨ ਬਣਦੀ ਹੈ, ਸੋ ਅਸੀਂ ਵੀਜ਼ਾ ਲੈਣ ਦੇ ਵਿੱਚ ਡੀਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਨੂੰ ਵੀਜ਼ਾ ਮਿਲੇ, ਸੋ ਦੋ ਸਟੂਡੈਂਟ ਸੀ ਉਹਨਾਂ ਦੇ, ਇੱਕ ਅਪਲਾਈ ਕਰ ਗਿਆ, ਦੂਜਾ ਕਹਿੰਦੇ ਕਿ ਅਸੀਂ ਵੇਟ ਕਰਨੀ ਹੈ, ਇਹਨਾਂ ਦਾ ਰਿਜ਼ਲਟ ਅੱਜ ਅਸੀਂ ਫਿਰ ਅਪਲਾਈ ਕਰਾਂਗੇ, ਬੱਚੇ ਦਾ ਰਿਜ਼ਲਟ ਆਇਆ 15 ਦਿਨ ਦੇ ਵਿੱਚ, ਬੱਚੇ ਦਾ ਵੀਜ਼ਾ ਆ ਗਿਆ, ਉਹ ਬੱਚੀ ਅੱਜ ਉੱਥੇ ਬੈਠੀ ਹੈ, ਉਹਦੀ ਜਿਹੜੀ ਨਾਲ ਦੀ ਗੁੜੀਆ ਸੀ ਉਹਨੇ ਅਪਲਾਈ ਕੀਤਾ, ਬਾਅਦ 'ਚ ਇਨ ਬਿਟਵੀਨ ਜਿਹੜਾ ਆਸਟ੍ਰੇਲੀਆ ਦਾ ਲੈਵਲ ਸੀ ਉਹ ਚੇਂਜ ਹੋ ਗਿਆ, ਕਾਲਜ ਨੇ ਵੀਜ਼ੇ ਦੇਣੇ ਬੰਦ ਕਰਤੇ, ਕਾਲਜ ਨੇ ਲੈਵਲ 1 ਦਾ ਕਾਲਜ ਨੇ ਸੋਚਿਆ ਕਿ 5.5 ਵਾਲੇ ਬੈਂਡ ਵਾਲੇ ਬੱਚਿਆਂ ਦੇ ਵੀਜ਼ੇ ਨਹੀਂ ਹੋਣੇ, ਕਾਲਜ ਨੇ ਕਿਸੇ ਨਾ ਕਿਤੇ ਆਪਣੀ COE ਦੀ ਜਿਹੜੀ ਪਰਮਿਸ਼ਨ ਸੀ ਉਹ ਬੰਦ ਕਰਤੀ ਔਰ ਬੱਚੇ ਉਹ ਇੱਥੇ ਹੀ ਰਹਿ ਗਏ, ਸੋ ਇੱਕ ਟਾਈਮ ਹੁੰਦਾ, ਬੱਚੇ ਦਾ ਦਾਣਾ ਪਾਣੀ ਵੀ ਹੁੰਦਾ, ਨਾਲ ਦੀ ਨਾਲ ਮੈਟਰ ਇਹ ਕਰਦਾ ਕਿ ਤੁਹਾਡੇ ਡਾਕੂਮੈਂਟ 'ਤੇ ਵੀਜ਼ਾ ਲੱਗਣਾ, ਕਦੇ ਵੀ ਏਜੰਟ ਨੇ ਤੁਹਾਨੂੰ ਵੀਜ਼ਾ ਲੈ ਕੇ ਨਹੀਂ ਦੇਣਾ, ਚਾਹੇ ਮੈਂ ਆ ਚਾਹੇ ਕੋਈ ਹੋਰ ਹੈ, ਨਾ ਤਾਂ ਵੀਜ਼ੇ ਦੀ ਕੋਈ ਗਰੰਟੀ ਹੁੰਦੀ ਹੈ, ਤੁਸੀਂ ਜਿਵੇਂ ਤੁਹਾਨੂੰ ਕਹਿਤਾ ਕਿ 100% ਗਰੰਟੀ ਹੈ ਤਾਂ ਮੇਰੀ ਗਰੰਟੀ ਨਾਲ ਤੁਹਾਡਾ ਵੀਜ਼ਾ ਨਹੀਂ ਆਉਣਾ, ਤੁਹਾਡਾ ਵੀਜ਼ਾ ਤੁਹਾਡੇ ਡਾਕੂਮੈਂਟ 'ਤੇ ਆਉਣਾ, ਤੁਹਾਡੀ ਫਾਈਲਿੰਗ ਬਹੁਤ ਮੈਟਰ ਕਰਦੀ ਹੈ, ਪਰ ਕਿਤੇ ਨਾ ਕਿਤੇ ਇਹ ਗੱਲ ਵੀ ਧਿਆਨ 'ਚ ਰੱਖਿਆ ਕਰੋ, ਤੁਹਾਡੇ ਡਾਕੂਮੈਂਟ ਕੰਪਲੀਟ ਹੋਣ, ਤੁਸੀਂ ਪ੍ਰੋਪਰ ਸਹੀ ਤਰੀਕੇ ਨਾਲ, ਤੁਸੀਂ ਖੁਦ ਵੀ ਜਜਮੈਂਟ ਬੱਚਾ ਕਰ ਸਕਦਾ ਕਿ ਮੇਰੀ ਪਰਸੈਂਟੇਜ ਕੀ ਹੈ, ਮੇਰੇ ਬੈਂਡ ਕਿੰਨੇ ਕੁ, ਇੰਨੇ ਬੈਂਡ 'ਤੇ ਵੀਜ਼ੇ ਆ ਰਹੇ ਨੇ, ਇਹ ਤਾਂ ਨਹੀਂ ਤੁਹਾਨੂੰ ਕਿਸੇ ਨੇ ਕਹਿਤਾ ਕਿ ਤੇਰਾ ਵੀਜ਼ਾ ਲੱਗ ਜੂਗਾ, ਤੇਰਾ ਵੀਜ਼ਾ ਲੱਗ ਹੀ ਜਾਊਗਾ, ਕਿਉਂਕਿ ਸਾਡਾ ਬੱਚਾ ਜਿਹੜਾ ਮੋਸਟਲੀ ਉਸ ਏਜੰਟ 'ਤੇ ਭਰੋਸਾ ਕਰਦਾ ਜਿਹੜਾ ਉਹਨੂੰ ਕਹਿੰਦਾ ਕਿ ਤੇਰਾ ਵੀਜ਼ਾ ਲੱਗ ਜੂਗਾ, ਜੇ ਬੱਚੇ ਦੀ ਪਰਸੈਂਟੇਜ ਨਹੀਂ ਹੁੰਦੀ, ਅਸੀਂ ਬੱਚੇ ਨੂੰ ਮਨਾ ਕਰਦੇ ਤਾਂ ਬੱਚਾ ਸੋਚਦਾ ਕਿ ਇਹਨਾਂ ਨੂੰ ਕੰਮ ਨਹੀਂ ਆਉਂਦਾ, ਸਾਨੂੰ ਇੱਕ ਹੋਰ ਕੰਸਲਟੈਂਟ ਨੇ ਕਿਹਾ ਸੀ ਕਿ ਇਹਨਾਂ ਦਾ ਵੀਜ਼ਾ ਆ ਸਕਦਾ, ਉੱਥੇ ਬੱਚਾ ਲਗਾਉਂਦਾ, ਮਹੀਨੇ 2 ਮਹੀਨੇ ਬਾਅਦ ਖੱਜਲ ਹੋ ਕੇ ਰਿਫਿਊਜ਼ਲ ਆਉਂਦੀ ਹੈ, 6-7 ਮਹੀਨੇ ਬਾਅਦ ਫੀਸ ਵਾਪਸ ਮੁੜਦੀ ਹੈ, ਫਿਰ ਬੱਚਾ ਦੁਬਾਰਾ ਤਾਂ ਆਉਂਦਾ ਕਿ ਮੇਰੀ ਫਾਈਲ ਲਾਈ ਸੀ ਜਾਂ ਰਿਫਿਊਜ਼ਲ ਆ ਗਈ, ਤੁਸੀਂ ਦੇਖੋ ਕਿਹਦੀ ਕੰਟਰੀ ਦਾ ਹੋ ਸਕਦਾ, ਉਦੋਂ ਬੱਚੇ ਕੋਲ ਆਪਸ਼ਨ ਆ ਜਾਂਦਾ ਸਿੰਗਾਪੁਰ ਤੇ ਸਾਈਪ੍ਰਸ। ਸੋ ਖੈਰ ਬੜੀਆਂ ਗੱਲਾਂ ਜੀ, ਸੋਚ ਵਿਚਾਰ ਕਰਕੇ ਹੀ ਆਪਣਾ ਜਿਹੜਾ ਡਿਸੀਜਨ ਹੈਗਾ ਸਾਡੇ ਸਾਰੇ ਦਰਸ਼ਕਾਂ ਨੇ ਲੈਣਾ ਜੀ, ਜਿਹੜੇ ਵੀ ਆਪਣੇ ਬੱਚਿਆਂ ਨੂੰ ਹੁਣ 2020 ਦੇ ਵਿੱਚ ਬੜੇ ਵਧੀਆ ਵਧੀਆ ਜਿਹੜੇ ਸੁਪਨੇ ਅਸੀਂ ਹੁਣ ਕਿ ਹਾਂਜੀ ਇਸ ਸਾਲ ਤਾਂ ਆਪਣਾ ਸੁਪਨਾ ਪੂਰਾ ਕਰਨਾ ਹੀ ਕਰਨਾ, ਤੇ ਉਹਨਾਂ ਸੁਪਨਿਆਂ ਨੂੰ ਜੀ ਪੂਰਾ ਕਰਨ ਦੇ ਵਿੱਚ ਮਦਦ ਕਰਨਗੇ ਜੀ ਸਾਡੇ ਐਕਸਪਰਟ। ਸੋ ਇਸ ਕਰਕੇ ਜੀ ਸਾਡੇ ਅੱਜ ਦੇ ਮਹਿਮਾਨ ਮਿਸਟਰ ਜਤਿੰਦਰ ਐਜੂਕੇਸ਼ਨ ਐਬਰਾਡ ਕੰਸਲਟੈਂਟਸ ਤੋਂ ਮੋਹਾਲੀ ਸੈਕਟਰ 70 ਦੇ ਵਿੱਚ ਇਹਨਾਂ ਦਾ ਆਫਿਸ ਹੈ, ਜਿੱਥੇ ਤੁਸੀਂ ਸਾਰੇ ਜਣੇ ਪਹੁੰਚ ਸਕਦੇ ਹੋ ਜੀ ਆਪਣੇ ਡਾਕੂਮੈਂਟਸ ਲੈ ਕੇ, ਫੋਨ ਦੇ ਉੱਤੇ ਵੀ ਤੁਸੀਂ ਡਿਸਕਸ ਕਰ ਸਕਦੇ ਹੋ, ਆਪਣੀ ਪ੍ਰੋਫਾਈਲ ਸਾਂਝੀ ਕਰਨੀ ਹੈ ਤੇ ਜਾਣ ਸਕਦੇ ਹੋ ਵੀ ਹਾਂਜੀ ਹੁਣ ਕਦੋਂ ਵਾਸਤੇ ਅਸੀਂ ਕਿਹੜੇ ਕਾਲਜ ਜਾਂ ਕਿਹੜੇ ਕੋਰਸ ਦੇ ਵਿੱਚ ਸਾਨੂੰ ਐਡਮਿਸ਼ਨ ਲੈਣੀ ਚਾਹੀਦੀ ਹੈ ਤਾਂ ਕਿ ਅਸੀਂ ਆਪਣਾ ਵੀਜ਼ਾ ਹਾਸਲ ਕਰ ਸਕੀਏ। ਸੋ ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਸੋ ਮਚ ਜੀ, ਤੇ ਇਸੇ ਦੇ ਨਾਲ ਹੁਣ ਮੈਨੂੰ ਵੀ ਦਿਓ ਇਜਾਜ਼ਤ, ਨੈਕਸਟ ਟਾਈਮ ਫਿਰ ਮੁਲਾਕਾਤ ਕਰਦੇ ਹਾਂ, ਆਪਣਾ ਖਿਆਲ ਰੱਖੋ, ਧੰਨਵਾਦ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਪਰਮਿੰਦਰ ਕੌਰ ਹੈ, ਮੈਂ ਜਲੰਧਰ ਸ਼ਹਿਰ ਦੀ ਰਹਿਣ ਵਾਲੀ ਹਾਂ, ਮੈਂ 2017 ਵਿੱਚ ਆਪਣੀ ਪਲੱਸ ਟੂ ਕੀਤੀ ਸੀ ਅਤੇ ਹੁਣ ਮੈਂ ਨਾ ਐਜੂਕੇਸ਼ਨ ਅਬਰੋਡ ਕੰਸਲਟੈਂਟ ਤੋਂ ਆਪਣਾ UK ਦਾ ਵੀਜ਼ਾ ਅਪਲਾਈ ਕੀਤਾ ਹੈ, ਅਤੇ ਮੇਰਾ 2 ਈਅਰਸ ਦਾ ਗੈਪ ਸੀਗਾ, ਐਂਡ ਆਫਟਰ ਦੈਟ ਹੁਣ ਮੈਂ ਆਪਣਾ 1 ਹਫ਼ਤੇ ਵਿੱਚ ਵੀਜ਼ਾ ਪਾਇਆ ਹੈ, ਮੇਰਾ ਸਪਾਊਸ ਕੇਸ ਸੀ, ਅਤੇ ਮੈਂ ਆਪਣੇ ਵੱਲੋਂ ਜਤਿੰਦਰ ਸਰ ਅਤੇ ਸਾਰੇ ਐਜੂਕੇਸ਼ਨ ਅਬਰੋਡ ਕੰਸਲਟੈਂਟ ਦੀ ਟੀਮ ਦਾ ਧੰਨਵਾਦ ਕਰਦੀ ਹਾਂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕਰਨਵੀਰ ਸਿੰਘ ਅਤੇ ਮੈਂ ਖੰਨੇ ਸ਼ਹਿਰ ਤੋਂ ਰਹਿਣ ਵਾਲਾ, ਅਤੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰਾ UK ਦਾ ਤੁਸੀਂ ਦੇਖ ਸਕਦੇ ਹੋ ਸਟੱਡੀ ਵੀਜ਼ਾ ਆ ਚੁੱਕਾ ਹੈ, ਮੈਂ ਆਪਣਾ ਕੇਸ ਐਜੂਕੇਸ਼ਨ ਅਬਰੋਡ ਕੰਸਲਟੈਂਟ ਦੇ ਥਰੂ ਅਪਲਾਈ ਕੀਤਾ ਸੀ, ਅਤੇ ਮੈਂ ਸਟੱਡੀ ਆਪਣੀ 2016 'ਚ ਕਰੀ ਸੀਗੀ ਪਲੱਸ ਟੂ, ਉਸ ਤੋਂ ਬਾਅਦ ਮੇਰਾ ਗੈਪ ਸੀਗਾ, ਕੈਰ ਆਫਟਰ ਪਲੱਸ ਟੂ ਮੈਂ ਆਇਲਸ ਕੀਤੀ ਸੀ, ਅਤੇ ਆਇਲਸ 'ਚ ਮੇਰੇ ਓਵਰਆਲ 6 ਨੋਟ ਲੈਸ ਦੈਨ 5.5 ਸੀ, ਦੈਨ ਮੈਂ ਆਪਣਾ ਕੇਸ ਅਪਲਾਈ ਕੀਤਾ ਸੀ ਐਜੂਕੇਸ਼ਨ ਅਬਰੋਡ ਕੰਸਲਟੈਂਟ ਦੇ ਥਰੂ, ਅਤੇ ਮੇਰਾ ਅੱਜ ਵੀਜ਼ਾ ਆ ਚੁੱਕਿਆ, ਮੈਂ ਬਹੁਤ ਖੁਸ਼ ਹਾਂ, ਅਤੇ ਸਪੈਸ਼ਲੀ ਮੈਂ ਥੈਂਕ ਯੂ ਕਰਨਾ ਚਾਹੁੰਦਾ ਜਤਿੰਦਰ ਸਰ ਅਤੇ ਨਵਦੀਪ ਮੈਮ ਦਾ, ਮੇਰੀ ਇੱਕ ਸਕੋਲਰਸ਼ਿਪ ਵੀ ਲੱਗੀ ਹੈ 9 ਹਜ਼ਾਰ ਪਾਉਂਡ ਦੀ, ਅਤੇ ਮੈਂ ਉਹ ਵੀ ਬਹੁਤ ਖੁਸ਼ ਹਾਂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਲਵਪ੍ਰੀਤ ਕੌਰ ਹੈ ਅਤੇ ਮੈਂ ਨਵਾਂਸ਼ਹਿਰ ਤੋਂ ਬਿਲੋਂਗ ਕਰਦੀ ਹਾਂ, ਮੈਂ ਆਪਣਾ UK ਲਈ ਵੀਜ਼ਾ ਐਜੂਕੇਸ਼ਨ ਅਬਰੋਡ ਤੋਂ ਜੈਨ ਐਂਡ ਟੇਕ ਦੇ ਲਈ ਅਪਲਾਈ ਕੀਤਾ ਸੀਗਾ, ਔਰ ਅਗਰ ਮੈਂ ਆਪਣੀ ਸਟੱਡੀ ਦੀ ਗੱਲ ਕਰਾਂ ਤਾਂ ਮੈਂ ਪਲੱਸ ਟੂ ਆਪਣੀ ਜੋ ਕੀ ਹੈ 2012 ਦੇ ਵਿੱਚ ਕੰਪਲੀਟ ਕਰੀ ਸੀ, ਔਰ ਉਸ ਤੋਂ ਬਾਅਦ ਮੇਰੇ ਕੋਲ ਜੋਬ ਦਾ ਐਕਸਪੀਰੀਅੰਸ ਹੈ, ਅਤੇ ਫਾਈਨਲੀ ਤੁਸੀਂ ਦੇਖ ਸਕਦੇ ਹੋ ਕਿ ਮੈਂ ਆਪਣਾ UK ਦਾ ਵੀਜ਼ਾ 4 ਦਿਨਾਂ ਦੇ ਵਿੱਚ ਰਿਸੀਵ ਕੀਤਾ ਹੈ, ਅਤੇ ਮੈਂ ਇਸ ਗੱਲ ਦੇ ਲਈ ਐਜੂਕੇਸ਼ਨ ਅਬਰੋਡ ਦੇ ਪੂਰੇ ਸਟਾਫ ਔਰ ਸਪੈਸ਼ਲੀ ਜਤਿੰਦਰ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਮੈਂ ਸਭ ਨੂੰ ਇੱਕ ਸਜੈਸ਼ਨ ਦੇਣਾ ਚਾਹਾਂਗੀ ਕਿ ਆਪਣੀ ਫਾਈਲ ਜੋ ਕਿ ਹੈ ਲੈ ਕੇ ਇੱਕ ਵਾਰੀ ਐਜੂਕੇਸ਼ਨ ਅਬਰੋਡ ਦੇ ਵਿੱਚ ਜ਼ਰੂਰ ਵਿਜ਼ਿਟ ਕਰੋ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਮਨਪ੍ਰੀਤ ਕੌਰ ਹੈ, ਮੈਂ BTECH ਕੀਤੀ ਹੈ ਇਹ ਗਲੋਬਲ ਇੰਸਟੀਟਿਊਟ ਤੋਂ 2015 ਵਿੱਚ, ਮੇਰਾ 4 ਸਾਲ ਦਾ ਗੈਪ ਹੈ, ਅੱਜ ਮੈਂ UK ਦਾ ਵੀਜ਼ਾ ਪਾਇਆ ਹੈ, ਇਹ ਸਾਰਾ ਕੁਛ ਜਤਿੰਦਰ ਸਰ ਦੇ ਕਰਕੇ ਹੋਇਆ, ਜਿਨ੍ਹਾਂ ਨੇ ਮੈਨੂੰ ਬਹੁਤ ਵਧੀਆ ਗਾਈਡਨੈਂਸ ਦਿੱਤੀ, ਅਤੇ ਅੱਜ ਫਾਈਨਲੀ ਮੈਂ UK ਦਾ ਵੀਜ਼ਾ ਪਾਇਆ ਹੈ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਮਨਦੀਪ ਕੌਰ ਹੈ, ਮੈਂ ਪਿੰਡ ਘੁੰਮਣ ਕਲਾਂ ਡਿਸਟ੍ਰਿਕਟ ਬਠਿੰਡਾ ਤੋਂ ਬਿਲੋਂਗ ਕਰਦੀ ਹਾਂ, ਮੈਂ 2018 ਵਿੱਚ BA ਕੀਤੀ ਸੀ, ਅਤੇ ਬਾਅਦ ਵਿੱਚ ਮੈਂ ਯੂਨੀਵਰਸਿਟੀ ਆਫ ਗ੍ਰੈਨਿਚ ਅਪਲਾਈ ਆਪਣਾ MBA ਕੋਰਸ ਅਪਲਾਈ ਕੀਤਾ, ਮੈਂ ਆਪਣਾ ਵੀਜ਼ਾ ਐਜੂਕੇਸ਼ਨ ਅਬਰੋਡ ਕੰਸਲਟੈਂਟ ਤੋਂ ਅਪਲਾਈ ਕੀਤਾ, ਅਤੇ ਇਹਨਾਂ ਨੇ ਮੇਰਾ
ਮੈਂ ਤੁਹਾਨੂੰ ਸਭ ਨੂੰ ਇਹੀ ਕਹਿਣਾ ਚਾਹਾਂਗੀ ਜੇ ਤੁਸੀਂ ਆਪਣਾ UK ਸਟੱਡੀ ਵੀਜ਼ਾ ਅਪਲਾਈ ਕਰਨਾ ਹੋਵੇ ਤਾਂ ਤੁਸੀਂ ਇਹਨਾਂ ਕੋਲ ਆ ਸਕਦੇ ਹੋ ਅਤੇ ਆਪਣਾ ਵੀਜ਼ਾ ਮੰਗਵਾ ਸਕਦੇ ਹੋ। ਮੇਰਾ ਨਾਮ ਬਬਲੀ ਕੌਰ ਹੈ, ਮੈਂ ਰਾਜਪੁਰਾ ਤੋਂ ਬਿਲੋਂਗ ਕਰਦੀ ਹਾਂ। ਮੈਂ +2 2016 ਦੇ ਵਿੱਚ ਪਾਸ ਕੀਤੀ ਸੀ, ਮੇਰਾ 2 ਦਾ ਗੈਪ ਵੀ ਸੀ। ਫਿਰ ਮੈਂ ਐਜੂਕੇਸ਼ਨ ਅਬਰੋਡ ਕੰਸਲਟਰ 'ਤੇ ਵਿਜ਼ਿਟ ਕੀਤਾ, ਜਤਿੰਦਰ ਸਰ ਅਤੇ ਉਹਨਾਂ ਦੇ ਸਟਾਫ ਮੈਂਬਰ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ।